ਪ੍ਰਭੂ ਨਾਨਕ ਦੇ ਕਰ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਬੋਲੋ ਸਾਰੇ ਸ਼ਰਨ ਤੁਮਾਰੀ ਨਾਨਕ ਕੇ ਪ੍ਰਭ ਸਾਥ ਅਗੰਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਸਭ ਤੇ ਵੱਡਾ ਸਤਿਗੁਰ ਨਾਨਕ ਸਭ ਤੇ ਵੱਡਾ ਸਤਿਗੁਰ ਨਾਨਕ ਸਭ ਤੇ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਰਾਗ ਰਾਗਨੀ ਮੰਗਲ ਗਾਇਆ ਰਾਗ ਰਾਗਨੀ ਮੰਗਲ ਗਾਇਆ ਰਾਗ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਪੜ੍ਹਨ ਵਾਲੀ ਉਹ ਮੇਰੀ ਉਹ ਧੀ ਉਹ ਬੋਲੋ ਓਟ ਕਹੀ ਸੰਤੈ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ
ਉਹਨਾਂ ਸੰਤਾਂ ਕੋਲੋਂ ਸਾਰੇ ਸੁੱਖ ਮਿਲੇ ਜਿਹੜੇ ਆਸਰਾ ਤੱਕ ਕੇ ਆਏ। ਅਤੇ ਇਹ ਗੁਰਦੁਆਰਾ ਇੱਟਾਂ ਦੀ ਇਮਾਰਤ ਨਹੀਂ, ਇੱਥੇ ਇੱਕ ਸੰਤ ਨਹੀਂ ਬੈਠਾ, ਇੱਥੇ 15 ਭਗਤ ਬੈਠੇ ਅਤੇ ਮੇਰਾ ਜਗਤ ਦਾ ਬਾਬਾ ਗੁਰੂ ਨਾਨਕ ਸਾਹਿਬ ਸਭਾਏਮਾਨ ਹੈ। 24 ਘੰਟੇ ਜਿਹੜੀ ਗੱਲੋਂ ਮੈਂ ਪਛੜ ਗਿਆ ਅੱਖ ਵਾਹਿਗੁਰੂ, ਉਹ ਇੱਥੋਂ ਮਿਲਦੀ ਸੋਝੀ। ਕੀ ਜੀ ਬੋਲੋ ਧੀ, ਸੋਝੀ ਕੋਈ ਨਹੀਂ। ਕਿਤੇ ਬਾਬੇ ਨਾਨਕ ਨੂੰ ਪੜ੍ਹ ਕੇ ਵੇਖੋ, ਲੋਕੀ ਕਹਿੰਦੇ ਸੀ ਕੋਈ ਆਖੇ ਭੂਤ ਨਾ ਕੋਈ ਕਹੇ ਬਤਾਲਾ, ਜਿਹਨੂੰ ਕੋਈ ਭੂਤ ਨਾ ਕਹਿੰਦਾ ਸੀ ਕੋਈ ਬਤਾਲਾ ਕਹਿੰਦਾ ਸੀ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਤੁਹਾਨੂੰ ਬਾਣੀ ਨਹੀਂ ਹੁੰਦੀ ਜਿਹਨਾਂ ਦਿਨ ਨਹਾਉਂਦੀ, ਆ ਕਰੋ ਪਵਿੱਤਰ ਆਪਣੇ ਹੋਠ ਆਪਣੇ ਬੁੱਲ ਪਵਿੱਤਰ ਕਰੋ ਨਾਲ ਆ ਕੇ। ਮੇਰੇ ਪਿਤਾ ਗੁਰਦੇਵ ਨੂੰ ਕੋਈ ਭੂਤ ਨਾ ਕਹਿੰਦਾ ਸੀ, ਜਿੱਧਰ ਇੱਥੇ ਕੋਈ ਉਹਨੂੰ ਭੂਤ ਨਾ ਕਹਿੰਦਾ ਸੀ ਅਤੇ ਕੋਈ ਬਿਤਾਲਾ ਕਹਿੰਦੇ ਨੇ, ਜਿਸ ਤਰ੍ਹਾਂ ਇਹ ਕੀਰਤਨ ਕਰਕੇ ਹਟੇ ਅਤੇ ਤਾਲ 'ਚ ਨਾ ਗਾਵੇ ਕੋਈ, ਜਿਹਨੂੰ ਕਹਿੰਦੇ ਬਿਤਾਲਾ ਹੈ। ਇਹ ਸੁਰਤਾਰ ਦਾ ਮਾਲਕ ਨਹੀਂ ਗਾ, ਜਿਹਨੂੰ ਵੇਖ ਕੇ ਜਿਹਦੀ ਆਗਮਨ ਦੀ ਖਬਰ ਸੁਣ ਕੇ ਰਾਗ ਰਾਗ ਨਹੀਂ ਮੰਗਲ ਗਾਇਆ। ਅੱਖ ਵਾਹਿਗੁਰੂ, ਰਾਗ ਰਾਗ ਨਹੀਂ ਕਿਉਂ ਗਾਇਆ, ਨਹੀਂ ਮੰਗਲ ਕਿਉਂ ਗਾਇਆ। ਰਾਗਨੀ ਨੂੰ ਚਾਅ ਚੜ ਗਿਆ, ਰਾਗਨੀਆਂ ਨੂੰ, ਇਹਦੇ 'ਚ ਰਾਗਨੀਆਂ ਅਤੇ ਰਾਗ ਦੋਨੋਂ ਹੀ ਨੇ, ਕਈ ਰਾਗਾਂ ਦੇ ਪੁੱਤਰ ਨੇ ਗਾ। ਅੱਖ ਵਾਹਿਗੁਰੂ, ਪਤਾ ਲੱਗ ਰਿਹਾ ਉਹਨਾਂ ਨੂੰ ਚਾਅ ਚੜ ਗਿਆ ਕੋਈ ਤੇ ਆਇਆ ਸੁਰ 'ਚ ਗਾਉਣ ਵਾਲਾ, ਸਭ ਸੁਰੇ ਗਾਉਂਦੇ ਅੱਖ ਵਾਹਿਗੁਰੂ। ਲੰਮਾ ਨਾ ਪਾਵਾਂ ਘੰਟੇ ਦੇ ਵਿੱਚ ਆਪਾਂ ਜਪਜੀ ਸਾਹਿਬ ਦੀ ਕਥਾ ਕਰਨੀ। ਭੈਣੋ ਬੱਚੀਓ, ਮੈਂ ਕਹਿ ਰਿਹਾ ਵੀ ਇਸ ਧਰਤੀ 'ਤੇ ਰਾਗ ਗਾਉਣ ਵਾਲੇ ਬਹੁਤ ਨੇ, ਰਾਗ ਨਾਦ ਸਭ ਸੱਚ ਹੈ ਕੀਮਤ ਕਹੀ ਨਾ ਜਾਏ, ਰਾਗੇ ਨਾਦੇ ਪਾਹਰਾਂ ਇੰਨੀ ਹੁਕਮ ਨਾ ਬੂਝਿਆ ਜਾਏ। ਇਸ ਤਰ੍ਹਾਂ ਗੁਰਬਾਣੀ 'ਚ ਲਿਖਿਆ, ਜਿਹਨੂੰ ਰਾਗ ਨਾਦ ਨਹੀਂ ਉਹਨੂੰ ਹੁਕਮ ਦਾ ਵੀ ਪਤਾ ਨਹੀਂ। ਅੱਖ ਵਾਹਿਗੁਰੂ, ਤਾਂ ਗਾਏ ਰਾਗ ਰਾਗਨੀਆਂ ਤਾਂ ਗਾਈਆਂ। ਸੁਣੋ ਗੁਰੂ ਕੇ ਸਿੱਖੋ, ਸੁਣੋ ਸੁਣੋ ਸਟੇਜ ਤੋਂ ਕਹੋ ਚਿੱਟੇ ਵਾਲੇ ਬਾਬਾ ਜੀ ਕਿਸੇ ਵੇਖਣ ਡਿਆ, ਸਾਡੇ ਪਿੱਛੇ ਸੋਹਣੀ ਪੱਗ ਵਾਲੇ ਕਿੱਧਰ ਵੇਖ ਰਹੇ ਹੋ, ਤਾਂ ਬਣੇ ਲੋਕੀ ਈਸਾਈ, ਤੁਸੀਂ ਸੁਣਿਆ ਹੀ ਨਹੀਂ। ਤੁਸੀਂ ਰੁਮਾਲੇ ਚੜਾਏ, ਤੁਸੀਂ ਕੜਾ ਪ੍ਰਸ਼ਾਦ ਚੜਾਏ, ਗੁਰੂ ਦੀ ਗੱਲ ਥੋੜ੍ਹੀ ਸੁਣੀ ਤੁਸੀਂ, ਨਹੀਂ ਤਾਂ ਭਾਈ ਜੀ ਤੁਹਾਨੂੰ ਤਾਂ ਸਾਰਾ ਵਰਲਡ ਸੁਣ ਰਿਹਾ। ਅੱਖ ਵਾਹਿਗੁਰੂ, ਆਖਰ ਜਿਹੜੇ ਗੋਰੇ ਸਿੱਖ ਬਣੇ ਨੇ ਈਸਾਈ ਤੋਂ ਹੀ ਸਿੱਖ ਬਣੇ, ਉਹਨਾਂ ਕੁਝ ਸੁਣਿਆ ਬਾਬੇ ਬਾਰੇ, ਅਤੇ ਤੁਸੀਂ ਸਿੱਖੀ ਛੱਡ ਛੱਡ ਕੇ ਜੇ ਜਾ ਰਹੇ ਹੋ ਨਾ, ਅਤੇ ਤੁਸੀਂ ਬਾਬੇ ਨੂੰ ਸੁਣਿਆ ਨਹੀਂ। ਗੁਰੂ ਨਾਨਕ ਜੀ ਨੂੰ ਸੁਣਿਆ ਅਤੇ ਵੇਖਿਆ ਅਤੇ ਫਿਰ ਗਰਬਾਸ ਨਾ ਭਰਿਆ। ਜਦੋਂ ਮੇਰੇ ਵੀਰ ਗਾ ਰਹੇ ਨਾ ਸਭ ਤੋਂ ਵੱਡਾ ਸਤਿਗੁਰ ਨਾ ਪੜ੍ਹਦੇ ਸੀ, ਅਤੇ ਮੈਂ ਬਾਹਰ ਖਲੋਤਾ ਸੁਣ ਰਿਹਾ ਸਾਂ, ਕੀ ਸਿੱਖ ਸੁਣ ਨਹੀਂ ਰਿਹਾ। ਮੇਰਾ ਜਗਤ ਦਾ ਗੁਰੂ ਤਾਂ ਸਭ ਤੋਂ ਵੱਡਾ ਹੈ, ਸਭ ਤੋਂ ਵੱਡਾ ਇਹ ਨਹੀਂ ਕਰਕੇ ਬੋਲੋ ਸਰੀਰ ਉੱਚਾ ਇਹ ਗੱਲ ਨਹੀਂ, ਵਿਚਾਰ ਉੱਚੀ ਉਹਦੀ ਵਿਚਾਰ ਵਰਗੀ ਵਿਚਾਰ ਨਹੀਂ।
ਵਿਚਾਰੇ ਕੀ ਕਰਨਾ, ਪਤਾ ਸਮਝ ਰਹੇ ਹੋ? ਇਹ ਵਿਚਾਰਾ ਤਾਂ ਗਰੀਬ ਜਿਹਾ ਬੰਦਾ, ਇਹ ਵਿਚਾਰਧਾਰਾ ਮੇਰੀ ਉਹ ਬੱਚੀ ਉਹ ਫਖਰ ਕਰਿਆ ਕਰੋ, ਸਿਰ ਚੁੱਕ ਕੇ ਤੁਰਿਆ ਕਰੋ ਵੀ ਜੋ ਵਿਚਾਰਧਾਰਾ ਬਾਬੇ ਨਾਨਕ ਦੇ ਘਰ 'ਚ ਆ ਇਹ ਵਿਚਾਰਧਾਰਾ ਕਿਤੇ ਨਹੀਂ ਹੈਗੀ। ਕੋਈ ਵਿਚਾਰਧਾਰਾ ਨਹੀਂ ਕਹਿੰਦੀ ਹਮ ਨਹੀਂ ਚੰਗੇ, ਬੋਲੋ ਭਲਾ ਕੀ ਅਤੇ ਬੁਰਾ ਨਹੀਂ? ਅਸੀਂ ਤਾਂ ਕਿਸੇ ਨੂੰ ਬੁਰਾ ਨਹੀਂ ਕਦੀ ਆਖਿਆ ਸਾਈ ਨੂੰ, ਮਗਰ ਉਹ ਸ਼ਰੇਆਮ ਸਾਹਿਬ ਗੁਰੂ ਨਾਨਕ ਸਾਹਿਬ ਦੀ ਬਾਣੀ ਅਤੇ ਗੁਰੂਆਂ ਦੇ ਜੀਵਨ ਦੇ ਉੱਤੇ ਟਿੱਪਣੀਆਂ ਕਰ ਰਹੇ, ਉਹਨਾਂ ਕੋਲ ਵਿਚਾਰ ਹੀ ਹੈ, ਸਾਡੇ ਕੋਲ ਨਹੀਂ ਹੈਗੀ। ਸਾਡੇ ਬਾਰੇ ਸਭ ਕੁਝ ਕਹਿਣਗੇ, ਅਸੀਂ ਫਿਰ ਵੀ ਕਹਾਂਗੇ ਨਾ ਨਾ ਕੋ ਵੈਰੀ ਨਹੀਂ, ਕਿਉਂਕਿ ਸਾਨੂੰ ਕੁੱਟ ਕੁੱਟ ਕੇ ਪੜ੍ਹਾਇਆ ਗਿਆ। ਗੱਲ ਇੱਥੇ ਤੁਰੀ ਵੀ ਤੁਸੀਂ ਅਤੇ ਮੈਂ ਬਾਬੇ ਨੂੰ ਸੁਣਿਆ ਨਹੀਂ। ਸਾਡੀ ਬਦਕਿਸਮਤੀ ਹੈ, ਅਸੀਂ ਸੱਚਮੁੱਚ ਇੱਕ ਇੱਕ ਮੁਹੱਲੇ ਵਿੱਚ ਇੱਕ ਇੱਕ ਗੁਰਦੁਆਰਾ ਬਣਾ ਲਿਆ ਮਗਰ ਉਹਦੀ ਗੱਲ ਨਹੀਂ ਸੁਣੀ। ਇਸ ਤਰ੍ਹਾਂ ਹੀ ਹੈ ਜੀ, ਆਖੋ ਵਾਹਿਗੁਰੂ। ਜੇ ਸੁਣੀ ਹੁੰਦੀ, ਜਿਹਨਾਂ ਵੇਲਿਆਂ 'ਚ ਸਿੱਖਾਂ ਨੇ ਸੁਣੀ ਸੀ ਨਾ, ਉਹਨਾਂ ਨੂੰ ਕਿਹਾ ਤੇਰੀ ਖੋਪਰੀ ਰੰਬੀ ਨਾਲ ਲਾਉਣੀ ਆ ਸਿੱਖੀ ਛੱਡਦੇ। ਕੀ ਕਿਹਾ ਸੀ ਉਹਨੇ? ਨਹੀਂ, ਅੱਗੋਂ ਉਹਨੇ ਕੀ ਕਿਹਾ? ਸਿਰ ਜਾਏ ਤਾਂ ਜਾਏ। ਅੱਜ ਜੇ ਧੜਾ ਧੜ ਤੁਸੀਂ ਭੱਜ ਭੱਜ ਕੇ ਕਦੀ ਈਸਾਈ ਬਣ ਰਹੇ ਹੋ, ਕਦੀ ਕੁਛ ਬਣ ਰਹੇ ਹੋ, ਕਦੀ ਕੁਛ ਬਣ ਰਹੇ ਹੋ, ਤਾਂ ਸਮਝ ਲਓ ਤੁਸੀਂ ਅਤੇ ਮੈਂ ਬਾਬੇ ਦੀ ਗੱਲ ਨੂੰ ਸੁਣਿਆ ਨਹੀਂ। ਸੁਣਿਆ ਹੁੰਦਾ ਕਿਤੇ ਵਿਚਾਰਧਾਰਾ ਨੂੰ? ਇੱਥੇ ਉਹ ਵਿਚਾਰਧਾਰਾ ਦੱਸੀ ਜਾਂਦੀ। ਇੱਥੇ ਕੇਵਲ ਇੱਟਾਂ ਲਾਉਣ ਦੀ ਕਹਾਣੀ ਨਹੀਂ ਸੀ, ਮਗਰ ਤੁਸੀਂ ਖੂਬ ਲਾਈਆਂ। ਆਖੋ ਵਾਹਿਗੁਰੂ। ਪਤਾ ਲੱਗ ਰਿਹਾ ਮੈਂ ਕੀ ਕਹਿ ਰਿਹਾ? ਇੱਟਾਂ ਦੀਆਂ ਬਿਲਡਿੰਗਾਂ ਇੱਕ ਸ਼ਹਿਰ 'ਚ ਚਾਰ ਚਾਰ ਗੁਰਦੁਆਰੇ ਬਣਾ ਕੇ ਪਤਾ ਨਹੀਂ ਤੁਸੀਂ ਕੀ ਲੈਣਾ ਚਾਹੁੰਦੇ ਹੋ ਰੱਬ ਕੋਲੋਂ। ਜੇ ਤੁਸੀਂ ਇੱਕ ਪਿੰਡ 'ਚ ਇੱਕ ਗੁਰਦੁਆਰਾ ਹੀ ਡਾਕਟਰ ਸਾਹਿਬ ਜੀ ਕੋ ਕਹਿੰਦੇ ਸ਼ਿਵ ਸੋਹਣੀ ਵੀ ਇੱਕ ਪਿੰਡ 'ਚ ਇੱਕ ਗੁਰਦੁਆਰਾ ਹੋਵੇ, ਜੇ ਤੁਸੀਂ ਉਹ ਹੀ ਨਹੀਂ ਬਣਾ ਸਕੇ ਕੀ ਲੱਭਦੇ ਹੋ ਗੁਰੂ ਕੋਲੋਂ? ਕਿਹੜੇ ਮੂੰਹ ਨਾਲ ਕਹਿੰਦੇ ਹੋ ਏਕ ਪਿਤਾ ਏਕ ਸਿਹਮ ਬਾਰਕ? ਕਿਹੜੇ ਮੂੰਹ ਨਾਲ ਕਹਿੰਦੇ ਆਪਾਂ? ਆਖੋ ਹੇ ਗੁਰੂ। ਪਕੜ ਰਹੇ ਹੋ ਜੀ, ਸੁਣ ਰਹੇ ਹੋ? ਕਿਹੜੇ ਮੂੰਹ ਨਾਲ ਆਪਾਂ ਉਹਦੇ ਸਾਹਮਣੇ ਬਹਿ ਕੇ ਕਿੰਨੇ ਏਕ ਪਿਤਾ? ਅਤੇ ਕਮਾਲ ਦੀ ਗੱਲ ਆ, ਮੰਜੀਆਂ ਵੱਖਰੀਆਂ ਵੱਖਰੀਆਂ, ਇਸ ਮੁਹੱਲੇ ਦਾ ਵੱਖਰਾ ਗੁਰਦੁਆਰਾ, ਜੇ ਲੰਗਰ ਵੀ ਲਾਉਣਾ ਹੁੰਦਾ ਤਾਂ ਇਹ ਗਿੱਲਾਂ ਦੀ ਪੱਤੀ ਦਾ ਲੰਗਰ ਆ, ਸੰਧੂਆਂ ਦੀ ਪੱਤੀ ਦਾ ਲੰਗਰ ਆ। ਲਾਨਤ ਐਸੀ ਸੋਚ ਦੇ, ਗੁਰੂ ਦੀ ਸੋਚ ਆ ਇੱਕ ਬੁੱਕਲ 'ਚ ਬਹਿਣਾ। ਉਹ ਤਾਂ ਸਾਰੇ ਵਰਲਡ ਨੂੰ ਇੱਕ ਬੁੱਕਲ 'ਚ ਕਰਨ ਆਇਆ ਸੀ, ਜਿਹਨੂੰ ਤੁਸੀਂ ਕਹਿੰਦੇ ਕੱਲ ਤਾਰਨ ਗੁਰੂ ਨਾਨਕ ਆਇਆ। ਆਖ ਵਾਹਿਗੁਰੂ। ਉਹਨੂੰ ਸੁਣ ਕੇ ਰਾਗ ਰਾਗ ਨਹੀਂ, ਉਹਦੇ ਆਉਣ ਦੀ ਖੁਸ਼ੀ 'ਚ ਰਾਗਨੀਆਂ ਚੂਹ ਉੱਠੀਆਂ, ਰਾਗ ਚੂਹ ਉੱਠੇ, ਹੁਣ ਆਇਆ ਕੋ ਮਰਦ ਗਾਉਣ ਵਾਲਾ। ਆਖ ਵਾਹਿਗੁਰੂ। ਇੱਕ ਵਾਰ ਅਕਬਰ ਨੇ ਤਾਨਸੈਨ ਨੂੰ ਪੁੱਛਿਆ, ਸੁਣੋ ਧਿਆਨ ਨਾਲ ਸੁਣੋ, ਤਾਨਸੈਨ ਨੂੰ ਪੁੱਛਿਆ ਵੀ ਤਾਨਸੈਨ ਤੋਂ ਇੰਨਾ ਸੋਹਣਾ ਗਾਉਣਾ ਹੈ, ਹਾਜ਼ਰ ਰਿਹੋ, ਇੰਨਾ ਸੋਹਣਾ ਤੂੰ ਗਾਉਣਾ ਹੈ, ਤੇਰਾ ਵੀ ਤਾਂ ਕੋਈ ਉਸਤਾਦ ਹੋ, ਤੈਨੂੰ ਬੜਾ ਵੱਡਾ ਅਵਾਰਡ ਦਿੱਤਾ ਜਿਹਨੂੰ ਆਪਾਂ ਹੁਣ ਅਵਾਰਡ ਕਹਿੰਦੇ ਹਾਂ। ਆਖ ਵਾਹਿਗੁਰੂ। ਤੇਰਾ ਵੀ ਤਾਂ ਕੋਈ ਉਸਤਾਦ ਹੋ, ਉਹਦੇ ਦਰਸ਼ਨ ਕਰਨੇ ਚਾਹੁੰਦਾ। ਕਿਹਨੂੰ ਕਿਹਾ? ਤਾਨਸੈਨ ਨੂੰ। ਕਿਹਨੇ? ਅਕਬਰ ਨੇ। ਵੀ ਤੇਰਾ ਵੀ ਤਾਂ ਕੋਈ ਉਸਤਾਦ ਹੋ। ਕਹਿੰਦਾ ਹਾਂ ਹੈ, ਧਿਆਨ ਨਾਲ ਸੁਣਿਓ, ਐਵੇਂ ਨਹੀਂ ਇੱਧਰ ਉੱਧਰ, ਮੇਰਾ ਕੋਈ ਟਾਈਮ ਨਹੀਂ ਸੀ, ਮੈਂ ਤਾਨਸੈਨ ਵੱਲ ਚੱਲ ਜਾਂਦਾ। ਆਖ ਵਾਹਿਗੁਰੂ। ਤੇਰਾ ਵੀ ਕੋਈ ਉਸਤਾਦ ਆ? ਉਹਨੇ ਕਿਹਾ ਜੀ ਹੈਗਾ, ਮੈਂ ਉਹਦਾ ਕੀਰਤਨ ਸੁਣਨਾ ਚਾਹੁੰਦਾ। ਮੈਂ ਤਾਂ ਉਹਨੇ ਕਿਹਾ ਨਹੀਂ, ਉਹਦਾ ਕੀਰਤਨ ਤੂੰ ਨਹੀਂ ਸੁਣ ਸਕਦਾ, ਉਹ ਪੈਸੇ ਲਈ ਨਹੀਂ ਗਾਉਂਦਾ,
ਉਹ ਇਨਾਮ ਲੈ ਨਹੀਂ ਪਾਉਂਦਾ। ਆਖੋ ਵਾਹਿਗੁਰੂ। ਕੋਈ ਸਾਖੀ ਮੈਨੂੰ ਸੁਣਾਓ ਵੀ ਗੁਰੂ ਨਾਨਕ ਨੇ ਕਿਸੇ ਦੇ ਘਰ ਕੀਰਤਨ ਕੀਤਾ ਹੋਵੇ ਅਤੇ ਉਹਦੇ ਕੋਲੋਂ ਭੇਟਾ ਲਈ ਹੋਵੇ ਤਾਂ ਸਾ ਤਾਂ ਸਭ ਕੁਝ ਹੀ ਬਦਲ ਦਿੱਤਾ। ਆਖੋ ਵਾਹਿਗੁਰੂ। ਉਹਨੇ ਕਿਹਾ ਕਦੋਂ ਗਾਉਂਦਾ ਹੈ? ਜੇ ਭੇਟਾ ਲਈ ਨਹੀਂ ਗਾਉਂਦਾ, ਪੈਸੇ ਲਈ ਨਹੀਂ ਗਾਉਂਦਾ, ਕੌਣ? ਤਾਨਸੈਨ ਦਾ ਉਸਤਾਦ ਅਤੇ ਕਾਹਦੇ ਲਈ ਗਾਉਂਦਾ? ਕਹਿੰਦਾ ਉਹ ਆਪਣੇ ਭਲੇ ਲਈ ਅਤੇ ਸੰਸਾਰ ਦੇ ਭਲੇ ਲਈ ਗਾਉਂਦਾ ਹੈ। ਉਹਨੇ ਕਿਹਾ ਕਿੱਥੇ? ਉਹ ਜਮੁਨਾ ਨਦੀ ਦੇ ਕੰਢੇ 'ਤੇ ਗਾਉਂਦਾ ਅਤੇ ਮਸਤੀ 'ਚ ਗਾਉਂਦਾ। ਉਹ ਕਹਿੰਦਾ ਮੈਂ ਜਾ ਕੇ ਸੁਣੂੰਗਾ। ਕਹਿੰਦੇ ਇੱਕ ਗੱਲ ਸੁਣ, ਜਦੋਂ ਕੋਇਲ ਗੀਤ ਗਾ ਰਹੀ ਹੁੰਦੀ ਨਾ, ਕੋਇਲ ਉਹਦੇ ਕੋਲ ਕੋਲ ਚੱਲ ਜਾਵੇ ਤਾਂ ਉਹ ਚੁੱਪ ਹੋ ਜਾਂਦੀ। ਕੋਇਲ ਲੋਕਾਂ ਨੂੰ ਸੁਣਾਉਣ ਨੂੰ ਨਹੀਂ ਗਾਉਂਦੀ, ਉਹ ਆਪਣੀ ਮੌਜ ਲਈ ਗਾਉਂਦੀ। ਬਾਬੇ ਨੇ ਇੱਕ ਅੰਗ ਤੋਂ 1430 ਅੰਗ ਤੱਕ ਜੋ ਗਾਇਆ ਹੈ ਨਾ, ਆਪਣੀ ਮਸਤੀ 'ਚ ਗਾਇਆ ਹੈ, ਆਪੇ ਨੂੰ ਸੁਣਾਉਣ ਨੂੰ ਗਾਇਆ ਹੈ। ਭਾਈ ਰੇ ਰਾਮ ਕਹੋ ਚਿੱਤ ਲਾਏ, ਆਪਣੇ ਆਪ ਨੂੰ ਸਮਝਾਉਣ ਨੂੰ ਕਿਹਾ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ, ਆਪਣੇ ਆਪ ਸਮਝ ਲੱਗ ਰਹੀ ਨਾ। ਬਾਬੇ ਨੇ ਗਾਇਆ ਆਪਣੀ ਅੰਮ੍ਰਿਤ ਬਾਣੀ ਘੱਟ ਤੇ ਉੱਚਰੋ ਅਤੇ ਆਤਮ ਕੋ ਸਮਝਾਓ। ਤੁਹਾਨੂੰ ਵੀ ਬਾਣੀ ਕਹਿੰਦੀ ਵੀ ਜਿਹੜੀ ਬਾਣੀ ਤੁਸੀਂ ਸ੍ਰੀ ਜਪਜੀ ਸਾਹਿਬ ਪੜ੍ਹਿਆ ਆਰੰਭ ਕੀਤਾ ਅਤੇ ਪਤਾ ਉਦੋਂ ਲੱਗਾ ਜਦੋਂ ਭੋਗ ਵੀ ਪੈ ਗਿਆ। ਤੁਸੀਂ ਬਾਣੀ 'ਚੋਂ ਸਮਝਾਇਆ ਆਪਣੇ ਆਪ ਨੂੰ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਕਿਹਾ ਜੇ ਕਿਹਾ ਆਪਣੇ ਆਪ ਨੂੰ ਕਿਸੇ ਨੇ? ਜਿਹਨੇ ਜਿਹਨੇ ਕਿਹਾ ਸੱਚੀ ਮੁੱਚੀ ਸਚਿਆਰ ਹੋ ਗਿਆ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਹੁਕਮ। ਜਿਹਨਾਂ ਜਿਹਨਾਂ ਸੁਣਿਆ, ਮੈਂ ਦੇਖ ਰਿਹਾ ਮਨਦੀਪ ਸਿੰਘ ਤੁਹਾਡੇ ਚਿਹਰੇ ਸਾਰਿਆਂ ਦੇ, ਇੱਥੇ ਹੀ ਕਸਰ ਹੋ ਗਈ, ਸੁਣਨ ਵਿੱਚ ਫਰਕ ਪੈ ਗਿਆ। ਸੁਣਿਆ ਨਹੀਂ ਗਿਆ ਬਾਬੇ ਨੂੰ, ਇੰਨਾ ਵੱਡਾ ਫਲ ਸੁਣਿਆ ਸੀ ਗੁਰੂ ਨਾਨਕ ਜੀ ਨੇ ਸੁਣਿਆ ਆਣ ਕੇ ਅਤੇ ਵੇਖਿਆ। ਚੋਰ ਹੁੰਦਾ ਬਾਬੇ 'ਤੇ ਵੇਖਿਆ ਅਤੇ ਫਿਰ ਚੋਰ ਜਿਹਦੇ ਸਿਰ 'ਤੇ ਹੋ ਰਿਹਾ ਉਹਦੀ ਗੱਲ ਨੂੰ ਸੁਣਿਆ ਅਤੇ ਫਿਰ ਗਰਭ 'ਚ ਨਹੀਂ ਦੁਬਾਰਾ ਗਿਆ। ਉਹ ਇੰਨੀ ਪਾਵਰ ਆ ਬਾਬੇ ਦੇ ਬਚਨਾਂ ਵਿੱਚ। ਸਿੱਖਾ, ਇਹਦਾ ਨਾਮ ਹੈ ਗੁਰਦੁਆਰਾ। ਆਖੋ ਵਾਹਿਗੁਰੂ। ਅਤੇ ਗੁਰਦੁਆਰੇ ਦੀ ਕਹਾਣੀ ਗੁਰੂ ਸਾਹਿਬ ਨੇ ਲਿਖਿਆ ਵੀ ਇਹ ਤਾਂ ਦੁਆਰੇ ਧੋਏ, ਝੂਠੇ ਤੋਂ ਝੂਠਾ ਤੇਰੀ ਸੁਰਤ ਦਾ ਭਾਂਡਾ ਇੱਥੇ ਧੁਪੋ, ਹੋਰ ਕਿਤੇ ਨਹੀਂ ਧੁਪਣਾ। ਆਖੋ ਵਾਹਿਗੁਰੂ। ਮੇਰੇ ਪਿੰਡ ਆਓ, ਸਾਡੇ ਪਿੰਡ ਵੀ ਬਹੁਤ ਘਰ ਅਸਾਈਆਂ ਦੇ ਨੇ, ਅਸਾਈ ਭੁੱਖੇ ਨੇ ਉੱਥੇ, ਨਾਲ ਕੋਈ ਚੱਲੇ ਇਹਨਾਂ ਦਾ ਬੰਦਾ ਮੈਂ ਵਿਖਾਉਣਾ ਆਪਣੇ ਪਿੰਡ ਵਿੱਚ। ਆਥੜੀ ਕਰਦੇ, ਦਿਹਾੜੀ ਕਰਦੇ, ਡੰਗਰ ਦਾ ਖੱਲ ਲਾ ਕੇ ਵੇਚਦੇ, ਉੱਥੇ ਇਹਨਾਂ ਦੀ ਹੈਲਪ ਕਿਉਂ ਨਹੀਂ ਜਾਂਦੀ? ਤੁਹਾਨੂੰ ਕਿਉਂ ਦੇਖਦੇ ਨੇ? ਤੁਹਾਡਾ ਧਰਮ ਭ੍ਰਸ਼ਟ ਕਰਨਾ ਹੈ, ਹੋਰ ਗੱਲ ਕੋਈ ਨਹੀਂ। ਜੇ ਮਨੁੱਖਤਾ ਦੀ ਮਦਦ ਕਰਨੀ ਤਾਂ ਜਿਹੜੇ ਮੇਰੇ ਪਿੰਡ ਵਿੱਚ ਅੱਧਾ ਪਿੰਡ ਅਸਾਈਆਂ ਦਾ ਹੈ ਉੱਥੇ ਵੀ ਕਰਨਾ, ਉੱਥੇ ਭੁੱਖੇ ਬੈਠੇ ਰੋਟੀ ਤੋਂ ਵੀ। ਆਖੋ ਵਾਹਿਗੁਰੂ। ਗੱਲ ਸੀ ਤੁਸੀਂ ਅਵੇਸਲੇ ਹੋਏ, ਅਸੀਂ ਉਹਨਾਂ ਨੂੰ ਕੋਈ ਦੋਸ਼ ਨਹੀਂ ਦਿੰਦੇ, ਚੋਰ ਨੂੰ ਦੋਸ਼ ਕਿਉਂ ਦਈਏ? ਆਖੋ ਵਾਹਿਗੁਰੂ। ਘਰ ਵਾਲੇ ਨੂੰ ਕਿਉਂ ਨਾ ਦਈਏ ਵੀ ਤੂੰ ਕਿਉਂ ਨਾ ਸੁਚੇਤ ਰਿਹਾ ਜਦੋਂ ਤੇਰੇ ਘਰ 'ਚ ਚੋਰੀ ਹੋਈ? ਅਕਾਲੀਏ ਸੌਂ ਗਏ, ਕਾਂਗਰਸੀਏ ਸੌਂ ਗਏ, ਸੌਦੇ ਹੋ ਗਏ, ਆ ਜਾਓ ਸਾਡੇ ਘਰ 'ਚ। ਆਖੋ ਵਾਹਿਗੁਰੂ। ਕੀ ਆਖਿਆ, ਕੀ ਆਖਿਆ? ਆ ਜਾਓ ਸਾਡੇ ਘਰ, ਅਸੀਂ ਤਾਂ ਵਿਕੇ ਹਾਂ,
ਸਾਡਾ ਘਰ ਲੁੱਟ ਲਓ। ਤਾਂ ਸੱਚਮੁੱਚ ਲੁੱਟਿਆ, ਖੂਬ ਲੁੱਟਿਆ ਅਤੇ ਲੁੱਟ ਰਹਿ। ਇਕੱਲੇ ਇਹ ਹੀ ਨਹੀਂ, ਰਾਧਾ ਸਵਾਮੀ ਨਿਰੰਕਾਰੀ ਨਾਮਧਾਰੀ ਹੈ, ਦੂਸਰੇ ਚੌਥੇ ਪੰਜਵੇਂ ਛੇਵੇਂ ਸੱਤਵੇਂ ਸਭ ਤੁਹਾਡੇ ਸਿਧਾਂਤ ਨੂੰ ਸੱਟਾ ਮਾਰ ਰਿਹਾ। ਤੁਸੀਂ ਸੁਣਿਆ ਨਹੀਂ ਗੁਰੂ ਨੂੰ, ਗਾ ਲਿਆ ਹੈ ਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਆਖੋ ਵਾਹਿਗੁਰੂ, ਮਗਰ ਉਹ ਕਿਤਨਾ ਵੱਡਾ ਹੈ, ਕਿਹੜੀ ਗੱਲ ਕਰਕੇ ਵੱਡਾ ਹੈ, ਕਿਤਰਾਂ ਦੀ ਉਹਦੀ ਵਿਚਾਰ ਆ ਵੀ ਗੁਰਬਾਣੀ 'ਚ ਦਰਜ ਕਰਦਾ ਵੀ ਸਭ ਤੋਂ ਵੱਡਾ ਸਤਿਗੁਰੂ ਨਾਨਕ। ਇਹਦੇ ਵਰਗੀ ਇਸ ਦੇ ਉੱਪਰ ਨਹੀਂ ਵਿਚਾਰ, ਉੱਚੀ ਬੋਲੋ ਜਾਂ ਕੇ ਮਨ ਵਸਿਆ। ਅਤੇ ਨਿਰੰਕਾਰ ਨਾਲ ਹੀ ਜੋੜਨ ਨੂੰ ਮੇਰਾ ਬਾਬਾ ਧਰਤੀ ਦੇ ਉੱਤੇ ਆਇਆ, ਕਿਸੇ ਬੰਦੇ ਨਾਲ ਤਾਂ ਜੋੜਨ ਹੀ ਨਹੀਂ ਆਇਆ। ਅਤੇ ਇਸ ਕੌਮ ਨੂੰ ਕੀ ਕਹੋਗੇ ਜਿਹੜੀ ਬੰਦਿਆਂ ਨਾਲ ਜੁੜ ਗਈ? ਬੋਲੋ ਜੀ ਗੁਰੂ, ਕਿਸ ਬੋਲੋ ਕਾਹਦੇ ਨਾਲ ਜੁੜ ਗਏ? ਕਿਸੇ ਨੂੰ ਪੁੱਛ ਕੇ ਵੇਖੋ, ਅਸੀਂ ਜੀ ਫਲਾਣੇ ਮਹਾਂਪੁਰਸ਼ਾਂ ਕੋਲ ਜਾਂਦੇ ਹਾਂ, ਕਿਸੇ ਦੇ ਮੂੰਹ ਚੋਂ ਨਹੀਂ ਨਿਕਲੂ, ਮੈਂ ਕੇਵਲ ਗੁਰਦੁਆਰੇ ਜਾਂਦਾ। ਅਤੇ ਗੁਰਦੁਆਰੇ ਆਉਣ ਵਾਲੇ ਨੂੰ ਗੁਰੂ ਸੋਝੀ ਬਖਸ਼ਦਾ ਹੈ। ਗੁਰੂ ਦੁਆਰੇ ਹੋਏ ਇੱਥੋਂ ਸੋਝੀ ਮਿਲਦੀ ਬਾਬੇ ਨਾਨਕ ਦੇ ਪੁੱਤੋ। ਕੇਵਲ ਅਤੇ ਕੇਵਲ ਮੱਥਾ ਟੇਕਣ ਤੱਕ ਸੀਮਤ ਨਾ ਰਹੋ, ਕੁਝ ਸਿੱਖਿਆ ਕਰੋ ਗੁਰੂ ਕੋਲੋਂ ਆਣ ਕੇ ਵੀ ਕੀ ਨਹੀਂ ਕਰਨਾ ਅਤੇ ਕੀ ਕਰਨਾ ਹੈ। ਮੇਰਾ ਬਾਬਾ ਤੈਨੂੰ ਸਮਝਾਊਗਾ, ਪਰਤਰਿਆ ਰੂਪ ਨਾ ਪੇਖੇ ਨੇ। ਸੁਣੀ ਨਹੀਂ ਤੂੰ ਮੰਨਦਾ ਕਿੱਥੋਂ? ਮਿਥਿਆ ਨਾ ਹੀ ਸੁਣਿਆ ਹੀ ਵੀ ਝੂਠ ਨਹੀਂ ਬੋਲਣਾ ਬਾਬਾ ਕਹਿੰਦਾ। ਇਸ ਦਰ 'ਤੇ ਆਣ ਕੇ ਆਖੋ ਵਾਹਿਗੁਰੂ, ਇਸ ਦਰ 'ਤੇ ਆਣ ਕੇ ਇਹ ਸੁਣ ਕੇ ਜਾਣਾ ਸੀ। ਅਤੇ ਗੱਲ ਪੱਲੇ ਬੰਨ ਕੇ, ਰਾਸ ਬੰਨ ਪੱਲੇ ਆਨੀ, ਜਿਹੜੀ ਰਾਸ ਇੱਥੋਂ ਸੁਣੀ ਵਿਚਾਰ ਦੀ ਉਹਨੂੰ ਪੱਲੇ ਬੰਨ ਕੇ ਖੜਿਆ ਹੀ, ਕਦੀ ਨਹੀਂ ਖੜਿਆ। ਅਤੇ ਫਿਰ ਕੀ ਹੋਇਆ, ਇੱਕ ਬੰਦਾ ਵਪਾਰ ਕਰਨ ਜਾਂਦਾ ਹੈ, ਉਹ ਜਿਹੜਾ ਸੌਦਾ ਲੈਂਦਾ ਉੱਥੇ ਹੀ ਸੁੱਟ ਆਉਂਦਾ ਹੈ, ਘਰ 'ਚ ਕੀ ਲਿਆਊ? ਧੀ ਉਹ ਇਸ ਤਰ੍ਹਾਂ ਬੈਠੋ ਪੁੱਤ, ਮੇਰਾ ਅੱਧਾ ਘੰਟਾ ਤਾਂ ਲੰਘ ਵੀ ਗਿਆ। ਆਖੋ ਵਾਹਿਗੁਰੂ, ਮੈਂ ਚਾਹੁੰਦਾ ਵੀ ਇੱਕ ਇੱਕ ਸਿੱਖ ਦੀ ਧੀ ਸੁਣੇ, ਇੱਕ ਇੱਕ ਸਿੱਖ ਦਾ ਬੱਚਾ ਸੁਣੇ। ਤੁਸੀਂ ਬਹੁਤ ਅਮੀਰ ਜੇ, ਤੁਹਾਡੇ ਜਿੱਡਾ ਖਜ਼ਾਨਾ ਕਿਸੇ ਕੋਲ ਨਹੀਂ ਜੇ, ਜਿਹਦੇ ਰਤਨ ਜਵੇਰ ਅਤੇ ਪਰੇ ਭੰਡਾਰ ਹੋਣ ਪਿਉ ਦਾਦੇ ਕਾ, ਤਾਂ ਮੇਰੇ ਮਨ ਜਿੱਥੋਂ ਖਾਓ ਖਰਚੋ ਸਾਰੀ ਧਰਤੀ ਨੂੰ ਵੰਡੋ ਤਾਂ ਵੀ ਨਹੀਂ ਮੁੱਕਦਾ। ਤੋਟ ਨਾ ਆਵੇ ਵਰਤਾਇਆ ਜੇ, ਤੁਸੀਂ ਤਾਂ ਖੁਦ ਨਹੀਂ ਚੁੱਕਿਆ ਇੱਥੋਂ, ਤੁਸੀਂ ਤਾਂ ਗੁਰੂ ਦੀ ਗੱਲ ਖੁਦ ਨਹੀਂ ਸਿੱਖਾਂ ਨੇ ਸੁਣੀ, ਤੁਸੀਂ ਲੋਕਾਂ ਨੂੰ ਕੀ ਵਰਤਾਉਣਾ ਹੈ? ਮੇਰੀ ਜੇਬ ਦੇ ਵਿੱਚ ਮੈਂ ਇੱਥੋਂ ਕੁਝ ਲੈ ਗਿਆ ਹੁੰਦਾ, ਜੇਬ 'ਚ 5 ਟੌਫੀਆਂ ਮੈਂ ਚੁੱਕ ਕੇ ਗੁਰਦੁਆਰਿਓਂ ਲੈ ਜਾਂਦਾ, ਜਾਂ ਕੜਾ ਪ੍ਰਸ਼ਾਦ ਦੀ ਦੇਗ ਲੈ ਜਾਂਦਾ ਹੱਥ 'ਤੇ ਰੱਖ ਕੇ, ਕੋਈ ਰਾਹ 'ਚ ਮਿਲਦਾ ਤਾਂ ਉਹਨੂੰ ਵਰਤਾਉਂਦਾ। ਪਕੜ ਰਹੇ ਹੋ? ਇੱਥੋਂ ਕੜਾ ਪ੍ਰਸ਼ਾਦ ਦੀ ਦੇਗ ਹੱਥ 'ਤੇ ਰੱਖ ਕੇ ਲੈ ਜਾਂਦਾ, ਕੋਈ ਰਾਹ 'ਚ ਮਿਲਦਾ ਤਾਂ ਉਹਨੂੰ, ਅਤੇ ਮੈਂ ਹੀ ਨਹੀਂ ਲੈ ਕੇ ਗਿਆ, ਵਰਤਾਵਾਂ ਕੀ? ਮੈਂ ਤਾਂ ਕੇਵਲ ਆਇਆ, ਉੱਥੇ ਚਾਹ ਬਣੀ, ਜਿੱਥੇ ਚਾਹ ਬਣੀ ਥੱਲੇ ਮੈਂ ਵੇਖਿਆ ਉੱਥੇ ਬੜਾ ਰਸ਼ ਆ, ਬੜੇ ਲੋਕ ਖਲੋਤੇ ਨੇ ਚਾਹ ਪੀਣੀ, ਚਾਹ ਕਦੀ ਘਰ 'ਚ ਨਹੀਂ ਪੀਤੀ। ਜੋ ਘਰ ਨਹੀਂ ਮਿਲਿਆ ਗੁਰਦੁਆਰੇ ਮਿਲਦਾ, ਉੱਥੇ ਆਣ ਕੇ ਸੁਣੋ, ਸਿੱਖੋ, ਆਨੰਦ ਸੁਣੋ, ਵੱਡ ਭਾਗੀ ਹੋ, ਸਗਲ ਮਨੋਰਥ ਆਣ ਕੇ ਕਾਵੀਏ, ਸੁਣੀਏ, ਮਨ ਰੱਖੀਏ, ਅੰਤਰਗਤ ਇੱਥੇ ਆਓ, ਮੇਰੀ ਉਹ ਧੀਓ ਸੁਣੋ, ਗੁਰੂ ਦੀ ਗੱਲ ਨੂੰ ਸੁਣਿਆ ਕਰੋ, ਅਤੇ ਕਥਾ ਕਵਾਚਕ ਨੂੰ ਵੀ ਕਿਹਾ ਕਰੋ ਸਚੇਤ ਹੋ ਕੇ ਸੁਣਾ। ਆਹ ਬਲਜੀਤ ਸੋਹਣਾ ਨੂੰ ਮੈਂ ਕਿਉਂ ਦੂਰ ਦੂਰ ਤੱਕ ਪਠਾਨਕੋਟ ਤੱਕ ਫੋਨ ਕਰਦਾ, ਮੈਂ ਕਥਾ ਕਰਨ ਆਉਣਾ, ਕੱਲ੍ਹ ਨੂੰ ਧਾਰੀਵਾਲ ਆਉਣਾ ਹੈ, ਮੈਂ ਕਿਉਂ ਕਹਿੰਦਾ ਇਹਨਾਂ ਲੋਕਾਂ ਨੂੰ? ਇਹ ਅੱਖਾਂ ਪਾ ਕੇ ਗੁਰੂ ਕੇ ਸਿੱਖ ਸੁਣਦੇ ਨੇ, ਤਾਂ ਆਵਾਜ਼ਾਂ ਮਾਰਦਾ ਮੈਂ। ਕੋਈ ਤਾਂ ਹੈ ਜਿਹੜਾ ਗੁਰੂ ਦੀ ਗੱਲ ਨੂੰ ਸੁਣੇ। ਜਿੱਦਣ ਤੁਸੀਂ ਸੁਣਨਾ ਸ਼ੁਰੂ ਕਰ ਦਿਓਗੇ, ਕਦੀ ਮੰਨੋਗੇ ਵੀ
ਜਦਨ ਮੰਨੋਗੇ ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰ ਸਰਦਾਰ, ਮਗਰ ਮੰਨੋਗੇ ਵੀ ਤਾਂ ਜੋ ਪਹਿਲੋਂ ਸੁਣਦਾ ਹੀ ਕੋਈ ਨਹੀਂ। ਗੁਰੂ ਸਾਹਿਬ ਕਿਰਪਾ ਕਰੇ, ਇੰਨਾ ਕੁ ਟਾਈਮ ਲਾ ਲਿਆ ਇਸ ਗੱਲ 'ਤੇ, ਜਪਜੀ ਸਾਹਿਬ ਦੀ ਕਥਾ ਆਰੰਭ ਕਰਨ ਤੋਂ ਪਹਿਲੋਂ ਮਾਰੋ ਚੌਂਕੜੇ, ਗੋਡਿਆਂ 'ਤੇ ਹੱਥ ਰੱਖ ਲਓ। ਮੇਰੀਆਂ ਬੱਚੀਆਂ, ਮੇਰੇ ਵੀਰ, ਇਸ ਗੱਲ ਨੂੰ ਤਰਕ ਨਾ ਸਮਝਿਆ ਕਰੋ ਵੀ ਇੱਕ ਇਹ ਬਾਬਾ ਹੈ ਜਿਹੜਾ ਕਹਿੰਦਾ ਲੱਕ ਦੀ ਹੱਡੀ ਸਿੱਧੀ ਕਰੋ ਜੀ, ਗੋਡਿਆਂ 'ਤੇ ਹੱਥ। ਮੈਨੂੰ ਪਤਾ ਹੈ ਜੇ ਕੋਈ ਬੂੰਦ ਡਿੱਗਣੀ ਹੈ ਤਾਂ ਸਾਵਧਾਨ ਕਾਗਰ ਚਿੱਤ ਵਿੱਚ ਡਿੱਗਣੀ ਹੈ, ਐਵੇਂ ਨਹੀਂ ਡਿੱਗਣੀ। ਅੱਖ ਵਾਹਿਗੁਰੂ, ਨਿਰਮਲ ਬੂੰਦ ਆਕਾਸ਼ ਕੀ ਆਉਂਦੀ ਹੈ ਜੀ? ਨਹੀਂ, ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ, ਟਿਕਾਣੇ 'ਤੇ ਨਾ ਡਿੱਗੀ ਅਤੇ ਕਲਰੀ ਧਰਤੀ 'ਤੇ ਡਿੱਗ ਪਈ। ਬੂੰਦ ਤਾਂ ਨਿਰਮਲ ਸੀ, ਸਾਡੀਆਂ ਦੇਹ ਰੂਪੀ ਸੁਰਤ ਰੂਪੀ ਧਰਤੀਆਂ ਕਲਰੀਆਂ ਨੇ, ਕਿਤੇ ਪੈ ਜਾਂਦੀ ਅਤੇ ਹੀਰੇ ਹੁੰਦੇ ਮੱਤ ਵਿੱਚ ਰਤਨ ਜੇ ਇੱਕ ਗੁਰ ਕੀ, ਮਗਰ ਹੀਰੇ ਬਣਨ ਦੀ ਜਗ੍ਹਾ 'ਤੇ ਅਸੀਂ ਕਲਰ ਹੁੰਦੇ ਜਾਂਦੇ, ਹੋਰ ਕਲਰ ਹੁੰਦੇ ਜਾਂਦੇ। ਮੰਨਦੇ ਹੋ ਜੀ ਲਾਲ ਪੱਗ ਵਾਲੇ ਜਿਹਨਾਂ ਢੋਲ ਆਈ, ਮੰਨਦੇ ਹੋ? ਅਸੀਂ ਹੋਰ ਕਲਰ ਹੋਈ ਜਾਂਦੇ ਹਾਂ। ਚੰਗੀ ਭਲੀ ਜਿਹੜੀ ਪੈਲੀ ਦੇ ਵਿੱਚੋਂ ਚੰਗੇ ਚੰਗੇ ਤਾਰੂ ਸਿੰਘ ਵਰਗੇ ਸਿੱਖ ਸੀ ਨਿਕਲਦੇ, ਅੱਖ ਵਾਹਿਗੁਰੂ, ਜਿਹਦੇ ਵਿੱਚੋਂ ਬਾਬਾ ਦੀਪ ਸਿੰਘ ਵਰਗੀਆਂ ਪਵਿੱਤਰ ਆਤਮਾਵਾਂ ਨਿਕਲਦੀਆਂ ਜਿਸ ਪੈਲੀ 'ਚੋਂ, ਉਸ ਪੈਲੀ 'ਚ ਅੱਜ ਕਲਰ ਹੋ ਗਿਆ। ਮਹਿਸੂਸ ਕਰ ਰਹੇ ਹੋ? ਮਾਰੋ ਚੌਂਕੜੇ, ਵਾਹਿਗੁਰੂ ਜਪੀਏ। ਵਾਹਿਗੁਰੂ ਜਪੋਗੇ ਸਜੂ ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ ਆਪੇ ਅੰਦਰ ਪ੍ਰਵੇਸ਼ ਕਰ ਜੂਗੀ, ਜਿੱਦਣ ਤੁਸੀਂ ਸੁਣਨਾ ਅਤੇ ਜਪਣਾ ਸ਼ੁਰੂ ਕਰ ਦੋਗੇ। ਵਾਹਿਗੁਰੂ ਸੁਣਿਆ ਜੇ ਕਦੀ, ਬੋਲੋ ਗੁਰੂ ਕਿਸੇ ਕਿਉਂ ਗਾਉਣਾ ਹੈ, ਕਿਉਂ ਗਾਉਣਾ ਹੈ? ਕੀ ਅੱਜ ਲੋਕੀ ਚੋਰੀ ਨਹੀਂ ਕਰਦੇ? ਆਖੋ ਵਾਹਿਗੁਰੂ। ਆੜਤੀ ਤੋਂ ਲੈ ਕੇ ਪੁਲਿਸ ਤੋਂ ਲੈ ਕੇ ਵਕੀਲ ਤੋਂ ਲੈ ਕੇ ਡਾਕਟਰ ਤੱਕ ਅਤੇ ਆਮ ਇਨਸਾਨ ਤੱਕ ਲੋਕੀ ਚੋਰੀ ਨਹੀਂ ਕਰਦੇ। ਅੱਜ ਜ਼ਰੂਰਤ ਨਹੀਂ ਸੀ ਇਸ ਸ਼ਬਦ ਦੀ, ਆਖੋ ਵਾਹਿਗੁਰੂ। ਅੱਜ ਨਹੀਂ ਸੀ ਜ਼ਰੂਰਤ ਇਹਨਾਂ ਲੋਕਾਂ ਦੇ ਕੰਨਾਂ 'ਚ ਗੁਰੂ ਨਾਨਕ ਦੀ ਬਾਣੀ ਪਾਉਣ ਦੀ, ਸੁਣ ਸੁਣ ਹੋਵੇ ਪਰਮਗਤ ਮੇਰੀ।
ਵੈਸੇ ਸਿਰ ਹਿਲਾਰੇ ਉਹ ਪਤਾ ਲੱਗ ਰਿਹਾ। ਸ਼ਾਬਾਸ਼, ਅੱਜ ਨਹੀਂ ਸੀ ਇਹਨਾਂ ਸਾਰੇ ਕਰਪਟ ਬੰਦਿਆਂ ਦੇ ਕੰਨਾਂ 'ਚ ਪਾਣੀ ਪਾਉਣ ਦੀ। ਕਹਿੰਦੇ ਪਵਿੱਤ, ਅੱਜ ਨਹੀਂ ਸੀ ਇਸ ਸ਼ਬਦ ਦੀ ਜ਼ਰੂਰਤ ਵੀ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ। ਅੱਜ ਰਹਾਉ ਦੀ ਧੁੱਪ ਬੋਲਣ ਦੀ ਜ਼ਰੂਰਤ ਨਹੀਂ, ਸੁਣ ਮਨ ਅੰਧੇ ਕੁੱਤੇ ਕੁੜਿਆ, ਪਾਣੀ ਨੂੰ ਤੁਹਾਡੇ ਤੋਂ ਦੂਰ ਕਰਦਾ ਹੈ। ਆਖੋ ਵਾਹਿਗੁਰੂ। ਅੱਜ ਚੰਗੇ ਚੰਗੇ ਤੁਸੀਂ ਵੀਰ ਮੇਰੇ ਬੈਠੇ ਹੋ, ਮਹਿਸੂਸ ਕਰੋਗੇ ਨਿਆਣਿਆਂ ਦੇ ਵਸਦਾ ਜਾਂ ਮੈਂ ਤਾਂ ਕਹਿੰਦਾ ਕਿ ਬੱਚੇ ਵੀ ਸੁਣ ਲੈਂਦੇ ਚੰਗੀ ਤਰ੍ਹਾਂ, ਸੁਣ ਹੀ ਲੈਂਦਾ। ਆਖੋ ਵਾਹਿਗੁਰੂ। ਮੇਰੀ ਇਹ ਇੱਛਾ ਹੈ ਵੀ ਤੁਸੀਂ ਧਿਆਨ ਨਾਲ ਸੁਣੋ, ਦਾਸਰੇ ਦੀ ਵੇਦਨਾ ਕੀ ਆ, ਪੀੜਾ ਕੀ ਆ। ਇੱਕ ਕਥਾਵਾਚਕ ਦੀ ਪੀੜਾ ਹੈ ਲਫਾਫਾ, ਤੁਹਾਡੇ ਚੌਂਕੀਦਾਰ ਦੀ ਪੀੜਾ ਹੈ ਮੇਰਾ ਪੰਥ। ਮੇਰਾ ਪੰਥ ਚੜ੍ਹਦੀ ਕਲਾ 'ਚ ਜਾ, ਮੇਰਾ ਪੰਥ ਤਾਂ ਚੜ੍ਹਦੀ ਕਲਾ ਜਾਊ ਜੇ ਗੁਰੂ ਦੀ ਗੱਲ ਨੂੰ ਸੁਣੂੰਗਾ। ਸੁਣ ਮਨ ਅੰਧੇ ਕੁੱਤੇ ਕੁੜਿਆ, ਬਿਨ ਬੋਲੇ ਦੂਜੇ ਸੁਤਿਆ, ਚੋਰ ਸਵਾਲਿਓ ਚੋਰ ਸਿਆਣਾ, ਖੋਟੇ ਕਾ ਕੋਈ ਟਾਵਰ 'ਤੇ ਚੜ੍ਹਿਆ ਸੀ ਕੋਈ ਬੰਦਾ ਮਾਸਟਰ, ਅਤੇ ਉੱਥੇ ਸਾਰਾ ਅਕਾਲੀ ਦਲ ਨੀਲੀਆਂ ਪੱਗਾਂ ਬੰਨ ਕੇ। ਆਖੋ ਵਾਹਿਗੁਰੂ। ਕਹਿੰਦੇ ਇਹਨੂੰ ਉੱਤੇ ਲਾਓ ਜੀ, ਉੱਤੋਂ ਲਾਓ ਜੀ, ਇਹ ਕਿਤੇ ਡਿੱਗ ਕੇ ਸੜ ਸੁੜ ਨਾ ਜਾਵੇ, ਮਰ ਨਾ ਜਾਵੇ। ਅਤੇ ਮੈਂ ਬੈਠਾ ਟੀ ਵੀ ਦੇ ਅੱਗੇ ਰਹਿ ਰਾਸ ਦੀ ਬਾਣੀ ਤੋਂ ਬਾਅਦ ਉਹ ਆਇਆ ਸੀ ਪ੍ਰੋਗਰਾਮ, ਮੈਂ ਸੁਣ ਰਿਹਾ ਸਾਂ, ਤੁਹਾਡੇ ਰਾਜ ਵਿੱਚ ਕੋਈ ਨਹੀਂ ਚੜ੍ਹਿਆ, ਸ਼ਰਮ ਨਾਮ ਦੀ ਕੋਈ ਚੀਜ਼ ਨਹੀਂ ਹੈਗੀ। ਤੁਸੀਂ ਕਾਂਗਰਸੀਆਂ ਨੂੰ ਗਾਲਾਂ ਤਾਂ ਕੱਢੋ ਜੇ ਤੁਹਾਡੇ ਰਾਜ ਵਿੱਚ ਕੁਛ ਨਹੀਂ ਹੋਇਆ। ਉਹ ਤੁਹਾਡੇ ਰਾਜ 'ਚ ਤਾਂ ਮੇਰੇ ਪਿਤਾ ਗੁਰਦੇਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਸੜਕਾਂ 'ਤੇ ਰੋਲਿਆ ਏ, ਸੜਕਾਂ 'ਤੇ ਰੋਲਿਆ। ਤੁਸੀਂ ਕਿਹੜੇ ਮੂੰਹ ਨਾਲ ਗੱਲਾਂ ਕਰ ਰਹੇ ਹੋ ਜੀ? ਤੁਹਾਡੀ ਆਤਮਾ ਜ਼ਮੀਰ ਮਰ ਚੁੱਕੀ। ਇੱਕ ਬੰਦੇ ਦਾ ਤੁਹਾਨੂੰ ਫਿਕਰ ਪੈ ਗਿਆ ਵੀ ਟਾਵਰ 'ਤੇ ਚੜ੍ਹਿਆ ਜੀ, ਇਹ ਮਰ ਨਾ ਜਾਵੇ। ਤੁਹਾਨੂੰ ਉਦੋਂ ਨਾ ਦੱਸਿਆ ਕੁਛ, ਇਹ ਤੁਸੀਂ ਸੌਂ ਗਏ ਹੋ ਤਾਂ ਹੋ ਰਿਹਾ। ਉੱਠੋ ਗੁਰੂ ਕੇ ਸਿੱਖੋ, ਜਾਗੋ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਪੰਥ ਨੂੰ ਕਲਰ ਨਾ ਬਣ ਦੇਣਾ, ਇਹਦੇ ਵਿੱਚ ਅੰਬ ਉੱਗਦੇ ਰਹਿਣ ਭਾਈ ਮਨੀ ਸਿੰਘ ਵਰਗੇ। ਆਖੋ ਵਾਹਿਗੁਰੂ। ਭਾਈ ਅਤੇ 10 ਪੁੱਤ ਪੰਥ ਨੂੰ ਦਿੱਤੇ, 10 ਪੁੱਤ, 10 ਪੁੱਤ ਪੰਥ ਦੀ ਭੇਟਾ ਚੜ੍ਹਾਏ, ਅਤੇ ਅੰਤ 'ਤੇ ਆਪ ਵੀ ਚੜ੍ਹ ਗਿਆ ਇਹੋ ਜਿਹਾ ਅੰਬ। ਸਾਰਾ ਜੀਵਨ ਅੰਬ ਦੇ ਕੇ ਵੀ ਚੁੱਪ, ਪਿੱਛੇ 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 ਆਖੋ ਵਾਹਿਗੁਰੂ। ਪਤਾ ਜੇ ਤੁਹਾਨੂੰ ਬੀਬੀਓ ਬੱਚੀਓ ਵੀ ਸਾਰਾ ਜੀਵਨ ਅੰਬ ਦੇਣ ਵਾਲਾ, ਅੰਬ ਦੇ ਦਰਵਾਜ਼ੇ ਬੜੇ ਸੋਹਣੇ ਬਣਦੇ, ਤੁਹਾਨੂੰ ਉਹਦਾ ਕੱਟਿਆ ਹੋਇਆ ਬੰਦ ਬੰਦ ਇੱਦਾਂ ਨਹੀਂ ਲੱਗਦਾ, ਸਿੱਖੀ ਦੇ ਦਰਵਾਜ਼ੇ ਬਣ ਗਿਆ। ਹਾਜ਼ਰ ਹੋ ਜੀ, ਉਹਦੀ ਲੱਕੜੀ ਵੀ ਉਹਦਾ ਸਰੀਰ ਵੀ ਸਿੱਖੀ ਦੇ ਕੰਮ ਆ ਗਿਆ। ਕਲਰ ਨਾ ਬਣ ਦਿਓ, ਰਿੰਡ ਨਾ ਪੈਦਾ ਕਰਨੇ, ਚੰਦਨ ਪੈਦਾ ਕਰੋ ਜਿਹਦੇ ਵਿੱਚੋਂ ਖੁਸ਼ਬੂ ਆਵੇ। ਜੀਵਨ ਚੰਗੇ ਬਣਾਓ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਰੱਬ ਦੀ ਇਬਾਦਤ ਕਰੋ, ਤੁਹਾਡੇ ਵਿੱਚੋਂ ਖੁਸ਼ਬੂ ਆਵੇ। ਕਾਹਦੀ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਕਾਲੋ ਕੋਲ ਬਹਿ ਕੇ ਅੱਜ ਨਹੀਂ ਗਾਉਣ ਦੀ ਜ਼ਰੂਰਤ, ਪਾਪ ਕੀ ਜੰਜ ਲੈ ਅੱਜ ਕਹਿਣ ਦੀ ਜ਼ਰੂਰਤ ਨਹੀਂ, ਹੁਣ ਨਹੀਂ ਪਾਪ ਦੀ ਜੰਜ ਚੜੀ, ਬੋਲੋ ਗੁਰੂ ਕੇ, ਅੱਜ ਨਹੀਂ ਸ਼ਰਮ ਧਰਮ ਦੋਏ ਉੱਚੀ ਬੀਬੀਆਂ ਨੂੰ ਨਹੀਂ ਆਉਂਦੀ ਬਾਣੀ, ਬੋਲੋ ਨਾ, ਸ਼ਰਮ ਧਰਮ ਦੋਏ ਤੇ ਕੂੜ ਫਿਰੇ, ਅੱਜ ਨਹੀਂ ਗਾਉਣ ਦੀ ਜ਼ਰੂਰਤ। ਹੱਥ ਜੋੜ ਕੇ ਬੇਨਤੀ, ਬੱਚੀਓ ਉੱਠੋ, ਮੇਰੀਓ ਬੱਚੀਓ, ਜੇ ਤੁਸੀਂ ਜਾਗ ਉੱਠੋਗੀਆਂ ਤੇ ਔਲਾਦ ਬਚਾ ਲੋਗੀਆਂ। ਸਭ ਤੋਂ ਪਹਿਲਾਂ ਤੇ ਗੁਰੂ ਮਾਂ ਹੀ ਆ ਨਾ, ਆਖੋ ਵਾਹਿਗੁਰੂ। ਦੂਸਰੇ ਨੰਬਰ ਦਾ ਗੁਰੂ ਪਿਤਾ ਹੈ, ਗੁਰਦੇਵ ਮਾਤਾ। ਤੀਸਰੇ ਨੰਬਰ ਤੇ ਸਵਾਮੀ ਦੀ ਗੱਲ ਕੀਤੀ, ਰੱਬ ਦੀ ਗੱਲ ਕੀਤੀ, ਗੁਰੂ ਦੀ ਗੱਲ ਕੀਤੀ। ਸਿੱਖੋ ਉੱਠੋ, ਜੇ ਕਿਸੇ ਦੇ ਦੋ ਬੱਚੇ ਆ ਤੇ ਉਹਦੇ ਲਈ ਟਾਈਮ ਕੱਢੋ, ਉਹਨਾਂ ਨੂੰ ਕੁੱਟ ਕੁੱਟ ਕੇ ਸਮਝਾ ਦਿਓ ਵੀ ਸਿਰ ਜਾਂਦਾ ਰਹੇ, ਸਿੱਖੀ ਨਹੀਂ ਛੱਡਣੀ। ਧੀਓ ਇਹਨਾਂ ਨੂੰ ਪੇਂਦ ਕਰੋ, ਆਖੋ ਵਾਹਿਗੁਰੂ। ਸਾਡੇ ਪਿੰਡ ਵਿੱਚ ਇੱਕ ਬੇਰੀ ਸੀ, ਐਡੇ ਐਡੇ ਮੋਟੇ ਗੋਲ ਜਿਹੇ ਲੱਗਦੇ ਸੀ ਉਹਨੂੰ ਬੇਰ। ਇੱਕ ਦਿਨ ਆਉਂਦਾ ਕੋਈ ਆਣ ਕੇ ਕਹਿੰਦਾ ਤੁਹਾਡੀ ਬੇਰੀ ਨੂੰ ਪੇਂਦ ਕਰ ਦੇਵਾਂ। ਮੈਂ ਲਾਗੇ ਖਲੋਤਾ ਸਾਂ, ਉਹ ਜ਼ਿਮੀਂਦਾਰ ਕਹਿੰਦਾ ਕਰ ਦਿਓ, ਕਿਤਰ ਹੋ ਜੂਗੀ, ਇਹ ਤਾਂ ਬੜਾ ਵੱਡਾ ਬੂਟਾ ਹੋ ਗਿਆ। ਕਹਿੰਦਾ ਇੰਨੀ ਕਰਾਮਾਤ ਚੱਲਣੀ, ਕਿੱਡਾ ਵੱਡਾ ਪੇੜ ਹੋ ਗਿਆ, ਸਮਝ ਰਹੇ ਹੋ ਜੀ, ਕਿੱਡਾ ਵੱਡਾ ਪੇੜ ਹੋ ਗਿਆ, ਮੈਂ ਇਹਨੂੰ ਪੇਂਦ ਕਰ ਦੂੰ। ਕਿਤਰਾਂ ਕੀਤੀ, ਸਾਡੇ ਸਾਹਮਣੇ ਹੀ ਅਸੀਂ ਵੀ ਉੱਥੇ ਵੱਟਾਂ ਪਾਉਂਦੇ ਸਾਂ, ਉਹਨੇ ਇੰਨੀ ਕੁ ਪੇਂਦ ਕੀਤੀ, ਬੇਰੀ ਦੇ ਵਿੱਚੋਂ ਕੋਈ ਲੱਕੜੀ ਲਿਆਂਦੀ ਅਤੇ ਉੱਥੇ ਛੇਕ ਕਰਕੇ ਖੋਲ ਕਰਕੇ ਪਹਿਲੀ ਬੇਰੀ ਦੇ ਵਿੱਚ ਉੱਥੇ ਫਿੱਟ ਕਰਕੇ ਉੱਤੇ ਧਾਗਾ ਬੰਨਦਾ। ਕਮਾਲ ਦੀ ਗੱਲ ਆ, ਕੁਝ ਦਿਨਾਂ ਬਾਅਦ ਉਹਦੇ ਪੱਤੇ ਬਦਲ ਗਏ, ਉਹਦਾ ਸਰੂਪ ਬਦਲ ਗਿਆ, ਬੇਰੀ ਦਾ ਪਤਾ ਲੱਗ ਰਿਹਾ ਤੁਹਾਡੇ, ਤੁਹਾਨੂੰ ਪਤਾ ਨਾ ਇਸ ਗੱਲ ਦਾ ਵੀ ਤੇਰਾ ਬੇਰੀ ਪੇਂਦ ਕੀਤੀ ਜਾਂਦੀ। ਆਖੋ ਵਾਹਿਗੁਰੂ। ਤੁਸੀਂ ਵੀ ਇੱਕ ਹੀ ਗੱਲ ਸੁਣਾ ਦਿਓ ਬੱਚਿਆਂ ਨੂੰ, ਨਹੀਂ ਪਤਾ ਲੱਗ, ਜਿਸ ਤਰ੍ਹਾਂ ਇੰਨੀ ਕੁ ਲਿਆ ਕੇ ਲੱਕੜੀ ਗੱਡੀ ਅਤੇ ਬੇਰੀ ਦਾ ਸਰੂਪ ਬਦਲ ਗਿਆ, ਅਤੇ ਉਹ ਤੁਸੀਂ ਨਹੀਂ ਬੋਲਣਾ, ਬੋਲੋ, ਬੇਰੀ ਦਾ ਸਰੂਪ ਬਦਲ ਗਿਆ, ਪੱਤਿਆਂ ਦਾ ਸਰੂਪ, ਬੇਰਾਂ ਦਾ ਸਰੂਪ, ਗੋਲ ਵਾਲੇ ਲੰਮੇ ਹੋ ਗਏ। ਇਹ ਜਿਹੜੀਆਂ ਤੁਹਾਡੀਆਂ ਗੋਲ ਮੋਲ ਚਾਲਾਂ ਚੱਲਦੀਆਂ ਨੇ ਨਾ, ਇਹ ਦੇ ਲੰਮੀ ਨਜ਼ਰ ਨਾਲ ਹਾਲੇ ਵਾਲੇ ਸਿੱਖ ਬਣ ਜਾਓਗੇ ਜੇ ਕਿਤੇ ਗੁਰੂ ਨੂੰ ਬੱਚਿਆਂ ਨੂੰ ਸਮਝਾਓਗੇ ਕੁਛ ਤੇ। ਮੈਂ ਕਹਿੰਦਾ ਨਾ ਬਹੁਤਾ ਲੈਕਚਰ ਦਿਓ, ਇੱਕੋ ਗੱਲ ਸਮਝਾ ਦਿਓ, ਫਿਰ ਤਾਂ ਮਰਦ ਵੇਲੇ ਉੱਠ ਕੇ ਨਾਮ ਜਪਿਆ ਕਰ, ਕੋਈ ਤੁਹਾਡਾ ਬੱਚਾ ਸਮੈਕ ਨਹੀਂ ਪੀਊਗਾ, ਫਿਰ ਨਸ਼ਾ ਛੱਡ ਜਾਊ ਨਾ ਨਾਮ ਦਾ। ਆਖੋ ਵਾਹਿਗੁਰੂ। ਆ ਤੁਹਾਡੇ ਕੋਲ ਡੇਰੇ ਬਾਬੇ ਨਾਨਕ ਵੇਖਿਆ ਤੂੰ, ਉਹ ਗੁਰੂ ਕਾ ਸਿੱਖ ਵੇਖਿਆ ਨਾ, ਇੱਥੇ ਵੀ ਆਉਂਦਾ ਹੁੰਦਾ ਦੀਵਾਨਾ, 'ਚ ਅੱਜ ਨਹੀਂ ਆਇਆ, ਅਮਰਜੀਤ ਸਿੰਘ ਦਾ ਨਾਮ। 32 ਲੱਖ ਰੁਪਈਏ ਦੀ ਸਮੈਕ ਪੀ ਗਿਆ, ਵੱਜਾਂ ਵੇਚ ਗਿਆ, ਪੈਲੀ ਵੇਚ ਗਿਆ। ਇੱਕ ਦਿਨ ਕਿਤੇ ਸ੍ਰੀ ਜਪਜੀ ਸਾਹਿਬ ਦਾ ਗੁਟਕਾ ਲੱਭ ਗਿਆ, ਜਿਹੜੇ ਕੈਂਪ ਵਿੱਚ ਨਸ਼ਾ ਛੱਡਣ ਗਿਆ ਸੀ ਉੱਥੇ ਗੁਟਕਾ ਸਾਹਿਬ ਮਿਲ ਗਿਆ। ਗੁਟਕਾ ਸਾਹਿਬ ਫੜ ਕੇ ਜਪਜੀ ਸਾਹਿਬ ਪੜ੍ਹਨ ਲੱਗ ਪਿਆ, ਤੜਫਦਾ ਹੀ, ਅਤੇ ਉਹ ਸ਼ੇਵ ਕਰਨ ਆਏ ਅਤੇ ਕਹਿੰਦਾ ਅੱਜ ਤੋਂ ਸ਼ੇਵ ਨਹੀਂ ਹੋਣਾ। ਇੰਨੇ ਕੁ ਜਪਜੀ ਸਾਹਿਬ ਦੇ ਬਚਨ, 2 ਦਿਨ ਜਪਜੀ ਸਾਹਿਬ ਦੀ ਸੰਗਤ ਕੀਤੀ, ਗੁਰੂ ਦੀ ਸੰਗਤ ਕੀਤੀ, ਕਹਿੰਦਾ ਹੁਣ ਸ਼ੇਵ ਨਹੀਂ, ਕਿ ਸਾਨੂੰ ਹੱਥ ਨਹੀਂ ਲਾਉਣਾ। ਕਮਾਲ ਦੀ ਗੱਲ ਆ, ਉਸ ਦਿਨ ਤੋਂ ਉਸ ਬੰਦੇ ਨੇ ਪਹਿਲੇ ਦਿਨ ਜਪਜੀ ਸਾਹਿਬ ਪੜ੍ਹ ਕੇ ਸਮੈਕ ਛੱਡਤੀ, ਉਹਦੇ ਸਿਰ ਪੀੜ ਨਹੀਂ ਹੋਈ, ਅੱਜ ਇੰਨਾ ਮੋਟਾ ਹੈ ਅਤੇ ਤਾਜ਼ਾ, ਐਡੀਆਂ ਐਡੀਆਂ ਮੋਟੀਆਂ ਬਾਹਾਂ ਅਤੇ ਪਹਿਲਵਾਨਾਂ ਵਰਗਾ ਸਰੀਰ ਹੈ ਉਹਦਾ। ਰੱਬ ਨੇ 33 ਵਾਹ ਨਹੀਂ ਲੱਗਣਤੀ, ਸਿੱਖੋ ਬਾਣੀ 'ਤੇ ਭਰੋਸਾ ਰੱਖੋ, ਬਾਣੀ ਜੋ 400 ਸਾਲ ਪਹਿਲੋਂ ਅਸਰਦਾਰ ਸੀ ਅੱਜ ਵੀ ਅਸਰਦਾਰ ਆ, ਤੁਸੀਂ ਪੜ੍ਹਦੇ ਨਹੀਂ, ਪੜ੍ਹ ਕੇ ਵੇਖੋ। ਆਓ ਜਪਜੀ ਸਾਹਿਬ ਦੀ ਹੁਣ ਕਥਾ ਕਰੀਏ। ਆਖੋ ਵਾਹਿਗੁਰੂ। ਅੱਜ ਇੱਥੇ ਤੱਕ ਆਪਾਂ ਗਏ ਹਾਂ,
ਜਲੰਧਰ ਇੱਥੋਂ ਤੱਕ ਕਥਾ ਹੋਈ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, ਕਿਤੇ ਮੰਗੇ ਜੋ ਦਾਰ, ਕਿਤਿਆਂ ਗਣਤ ਨਹੀਂ ਵਿਚਾਰ, ਕਿਤੇ ਖੱਬ ਟੁੱਟੇ ਕਿੰਨੇ ਮੇਰੇ ਵਰਗੇ, ਕਿਤੇ ਲੈ ਲੈ ਮੁੱਕਰ ਪਾਏ, ਕਿਤੇ ਮੂਰਖ ਖਾਈ ਖਾਏ, ਕਿੰਨੇ ਨੇ ਜਿਹੜੇ ਦੁੱਖ ਅਤੇ ਭੁੱਖ ਅੱਗੇ ਝੋਲੀ ਕਰਕੇ ਵੀ ਕਹਿੰਦੇ ਆ, ਕਿਤਿਆਂ ਦੁੱਖ ਭੁੱਖ ਸਦਮਾਰ, ਇਹ ਵੀ ਦਾਤ ਤੇਰੀ, ਮੂੰਹ ਨਹੀਂ ਮੋੜਦੇ ਦੁੱਖ ਅਤੇ ਭੁੱਖ ਨੂੰ ਵੀ, ਕਹਿੰਦੇ ਇਹ ਵੀ ਦਾਤ ਤੇਰੀ। ਬੰਦ ਖਲਾਸੀ ਇਹਨਾਂ ਵਕਾਰਾਂ ਤੋਂ, ਇਹਨਾਂ ਜੁਨੀਆਂ ਦੇ ਚੱਕਰ ਦੇ ਵਿੱਚੋਂ ਬੰਦ ਖਲਾਸੀ ਕਾਹਦੇ ਨਾਲ ਆਉਣੀ? ਭਾਣੇ ਵਿੱਚ ਆਇਆ। ਭਾਣਾ ਕਹਿੰਦੇ ਹੁਕਮ ਨੂੰ, ਬੋਲੋ ਭਾਣਾ ਕਿਹਨੂੰ ਕਹਿੰਦੇ? ਹੁਕਮ 'ਚ ਆ ਜਾਓਗੇ ਅਤੇ ਬੰਦ ਖਲਾਸੀ ਹੋਈ। ਅੱਜ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦਾ ਇੱਕ ਵਚਨ ਕਰਕੇ ਅੱਗੇ ਜਾਂਦਾ, ਆਖੋ ਵਾਹਿਗੁਰੂ। ਇੱਕ ਉੱਥੇ ਕਥਾ ਕਰਦਿਆਂ ਸ਼ਬਦ ਆਇਆ, ਸੱਚਾ ਸਾਹਿਬ ਸਾਚ ਨਾਏ ਭਾਗਿਆ ਪਾਓ ਅਬਾ। ਤੁਸੀਂ ਤਿੰਨ ਹਿੱਸਿਆਂ 'ਚ ਸ਼ਬਦ ਨੂੰ ਵੰਡੋ। ਸੱਚਾ ਸਾਹਿਬ, ਇੰਨਾ ਪਹਿਲਾਂ ਬੋਲੋ, ਬੋਲੋ ਫਿਰ ਬੋਲੋ, ਸਾਹਿਬ ਮੇਰਾ ਸੱਚਾ ਹੈ। ਸਾਚ ਨਾਏ, ਨਾਏ ਮੀਨਜ ਸ਼ਾਬਾਸ਼, ਹਾਂਜੀ ਨਹੀਂ ਨਿਆ, ਉਹ ਬਲਜੀਤ ਸਿੰਘ ਬੋਲੇ, ਜਿਹਦਾ ਜੇ ਜਸਟਿਸ ਆ ਉਸ ਵਾਹਿਗੁਰੂ ਪਰਮੇਸ਼ੁਰ ਦਾ ਨਿਆਂ ਹੈ ਜਿਹੜਾ, ਉਹ ਅੱਜ ਦੇ ਰਾਜੇ ਵਰਗਾ ਨਹੀਂ। ਰੱਬ ਇੱਕ ਐਸਾ ਰਾਜਾ ਹੈ ਜਿਹਦਾ ਨਿਆਂ ਵੀ ਸੱਚਾ ਹੈ, ਕਿਸੇ ਨਾਲ ਬੇਅਨਿਆਈ ਨਹੀਂ ਕਰਦਾ। ਆਖੋ ਵਾਹਿਗੁਰੂ, ਪਤਾ ਲੱਗ ਗਿਆ ਜੀ, ਕਿਸੇ ਨਾਲ ਅਨਿਆਂ ਨਹੀਂ ਕਰਦਾ। ਸੱਚਾ ਸਾਹਿਬ ਸਾਚ ਨਾਏ, ਨਾਏ ਮੈਨੇ ਨਿਆਂ, ਅਤੇ ਭਾਖਿਆ ਭਾਓ ਅਪਾਰ। ਸੁਣੋ, ਇੰਨਾ ਕੀ ਲੈ ਜਾਓ ਪ੍ਰਸ਼ਾਦ ਕਰਨ? ਭਾਖਿਆ, ਬੰਗਾਲ ਵਿੱਚ ਜਾਓ ਬੰਗਾਲੀ ਬੋਲੀ, ਗੁਜਰਾਤ ਵਿੱਚ ਜਾਓ ਗੁਜਰਾਤੀ ਹੈ, ਬਿਹਾਰ 'ਚ ਜਾਓ ਬਿਹਾਰੀ ਬੋਲੀ, ਰੱਬ ਦੀ ਵੀ ਤਾਂ ਕੋਈ ਬੋਲੀ ਹੋਊ। ਕੁਐਸਚਨ ਪੈਦਾ ਹੁੰਦਾ ਵੀ ਜੇ ਬੰਦਿਆਂ ਦੀਆਂ ਵੱਖਰੀਆਂ ਵੱਖਰੀਆਂ ਬੋਲੀਆਂ ਨੇ, ਅਤੇ ਜਿਹੜਾ ਬੈਠਾ ਵੇਖੇ ਵੱਖ, ਜਿਹੜਾ ਸਾਡੇ ਸਾਰਿਆਂ ਤੋਂ ਵੱਖਰਾ ਹੈ, ਉਹਦੀ ਵੀ ਤਾਂ ਕੋਈ ਭਾਸ਼ਾ ਹੈ। ਅਤੇ ਬਾਬੇ ਨਾਨਕ ਨੇ ਦੱਸਿਆ ਉਹਦੀ ਭਾਸ਼ਾ ਹੈ ਪ੍ਰੇਮ। ਪ੍ਰੇਮ ਨਾਲ ਬੋਲਣਾ ਅਜੇ ਰੱਬ ਵੱਸ ਆ ਜਾਂਦਾ ਹੈ, ਨਹੀਂ ਪਤਾ ਲੱਗਾ? ਰੱਬ ਵੱਸ ਆ ਜਾਂਦਾ ਹੈ। ਆਖੋ ਵਾਹਿਗੁਰੂ। ਅਤੇ ਪ੍ਰੇਮ ਹੁਣ ਖੰਭ ਲਾ ਕੇ ਉੱਡ ਗਿਆ ਧਰਤੀ ਤੋਂ। ਸੱਸ ਦਾ ਅਤੇ ਨਹੁੰ ਦਾ ਪ੍ਰੇਮ ਨਹੀਂ ਰਿਹਾ, ਨਣਾਨ ਦਾ ਅਤੇ ਭਰਜਾਈ ਦਾ ਨਹੀਂ ਰਿਹਾ, ਭਰਾ ਭਰਾ ਦਾ ਨਹੀਂ ਰਿਹਾ। ਆਖੋ ਵਾਹਿਗੁਰੂ। ਭਰਾ ਭਰਾ ਦਾ ਨਹੀਂ ਰਿਹਾ। ਕੋਈ ਦੋ ਭਰਾ ਬੈਠੇ ਸੀ ਅਤੇ ਲਾਗੋ ਦੀ ਕੋਈ ਔਰਤ ਲੰਘੀ। ਆਖੋ ਵਾਹਿਗੁਰੂ। ਪਿੰਡ 'ਚ ਅਤੇ ਉਹ ਕਹਿੰਦੇ ਆਹ ਬੜੇ ਚਿਰਾਂ ਬਾਅਦ ਅੱਜ ਦੋ ਭਰਾ ਇਕੱਠੇ ਬੈਠੇ ਵੇਖੇ। ਇਸ ਤਰ੍ਹਾਂ ਦਾ ਹੋ ਗਿਆ ਪੰਜਾਬ 'ਚ? ਮੈਂ ਤਾਂ ਬਹੁਤਾ ਬਾਹਰ ਹੀ ਰਹਿੰਦਾ। ਆਖੋ ਵਾਹਿਗੁਰੂ। ਇਸ ਤਰ੍ਹਾਂ ਦਾ ਹੋ ਗਿਆ ਸਮਾਂ ਵੀ ਭਰਾ ਭਰਾ ਵੀ ਹੁਣ ਇਕੱਠੇ ਨਹੀਂ ਬਹਿੰਦੇ? ਉਹਨੇ ਬੀਬੀ ਨੇ ਇੰਨਾ ਅੰਦਰੋਂ ਜਾ ਕੇ ਆਖਿਆ ਆਨੰਦ ਆ ਗਿਆ, ਦੋ ਭਰਾ ਪੈਲੀ ਦੇ ਕੰਢੇ ਬੈਠੇ ਇਕੱਠੇ। ਸਿੱਖਾ ਪ੍ਰੇਮ ਕਰਨਾ ਸਿੱਖ। ਪ੍ਰੇਮ ਇਸ ਤਰ੍ਹਾਂ ਪੈਦਾ ਨਹੀਂ ਹੋਣਾ, ਸਾਧ ਸੰਗਤ ਬਿਨ ਭਾਉ ਨਹੀਂ ਉਪਜੇ, ਅਤੇ ਭਾਵ ਬਿਨ ਭਗਤ ਨੇ ਹੋਏ ਤੇਰੀ। ਪ੍ਰੇਮ ਪੈਦਾ ਹੋਣਾ ਹੀ ਸੰਗਤ ਵਿੱਚੋਂ, ਕਿੱਥੋਂ? ਸੰਗਤ ਕਰੇਗਾ ਅਤੇ ਸੁੱਕੇ ਹਰੇ ਕੀਏ ਖਿਲ ਮਾਏ। ਇੰਨੇ ਚਿਰ 'ਚ ਅੱਖ ਦੇ ਫਰੱਕੇ ਨਾਲ ਸੁੱਕਾ ਤੇਰਾ ਪੌਦਾ ਜਿਹੜਾ ਹੈ ਨਾ, ਇਹਦੇ ਵਿੱਚੋਂ ਪੱਤੇ ਆਉਣੇ ਸ਼ੁਰੂ ਹੋ ਜਾਣਗੇ ਪ੍ਰੇਮ ਦੇ। ਤੈਨੂੰ ਪ੍ਰੇਮ ਨਾਲ ਬੋਲਣਾ ਆਜੂ, ਤੈਨੂੰ ਪ੍ਰੇਮ ਨਾਲ ਬਹਿਣਾ ਆਜੂ, ਤੈਨੂੰ ਪ੍ਰੇਮ ਨਾਲ ਸਮਾਜ ਵਿੱਚ ਰਹਿਣਾ ਆਜੂ। ਜੇ ਕੀ ਕਰੇਗਾ, ਕੀ ਕਰੇਗਾ? ਸਤ ਸੰਗਤ ਕਰੇਗਾ। ਭਾਖਿਆ ਪਾਓ
ਅੱਜ ਤੋਂ ਤੁਹਾਨੂੰ ਕੋਈ ਪੁੱਛੋ ਵੀ ਰੱਬ ਦੀ ਕੀ ਭਾਸ਼ਾ ਹੈ, ਕੀ ਆਖੋਗੇ? ਬੋਲੋ ਧੀਓ, ਪ੍ਰੇਮ ਰੱਬ ਦੀ ਭਾਸ਼ਾ ਹੈ। ਜਿਨ੍ਹਾਂ ਨੇ ਪ੍ਰੇਮ ਨਾਲ ਆਵਾਜ਼ ਮਾਰੀ, ਆਪ ਮਿਲਿਆ ਘਰ ਆਏ। ਕੀ ਹੋਇਆ? ਘਰ ਆਣ ਕੇ ਆਪ ਹੀ ਮਿਲ ਪਿਆ, ਲੱਭਣ ਜਾਣਾ ਹੀ ਨਹੀਂ ਪਿਆ। ਅਤੇ ਰੱਬ ਨੂੰ ਤੁਸੀਂ ਲੱਭ ਵੀ ਨਹੀਂ ਸਕਦੇ, ਜਿਹੜੇ ਲੱਭਦੇ ਫਿਰਦੇ ਹੋ ਨਾ ਟਰਾਲੀਆਂ ਦੇ ਪਿੱਛੇ, ਫੱਟਿਆਂ ਦੇ ਲਮਕੇ, ਜਿਹੜੇ ਰੱਬ ਨੂੰ ਲੱਭਣ ਤੁਰੇ ਫਿਰਦੇ ਹੋ। ਰੱਬ ਲੱਭੀ ਦੀ ਉਹ ਚੀਜ਼ ਜਿਹੜੀ ਗਵਾਚੀ ਹੋਵੇ। ਕੀ ਜੀ? ਅਤੇ ਜਿਹੜੀ ਗੁਰਬਾਣੀ ਖਬਰ ਦੇ ਰਹੀ ਵੀ ਹਰ ਜਗ੍ਹਾ 'ਤੇ ਆ, ਨਮੋ ਸਰਬ ਦੇਸੇ, ਨਮੋ ਸਰਬ ਭੇਸੇ, ਨਮੋ ਸਰਬ ਗਾਉਣੇ, ਨਮੋ ਸਰਬ ਪਾਉਣੇ, ਹਰ ਜਗ੍ਹਾ 'ਤੇ ਹੀ ਰੱਬ ਦੀ ਹੋਂਦ ਆ। ਜੈ ਜੈ ਪੇਖੋਂ, ਅਤੇ ਫਿਰ ਲੱਭਦੇ ਕਿਹਨੂੰ ਜੇ? ਨਾਲੇ ਇਹ ਵੀ ਪੜ੍ਹੀ ਜਾਂਦੇ ਹੋ, ਹੁਕਮਨਾਮਾ ਵੀ ਸੁਣ ਕੇ ਝੂਮੀ ਜਾਂਦੇ ਹੋ, ਜੈ ਜੈ ਪੇਖੋਂ ਤੈ ਹਜ਼ੂਰ, ਦੂਰ ਕਤੋਂ ਨਾ ਜਾਈ। ਨਾਲੇ ਟਰਾਲੀ ਚੁੱਕੀ ਜੇ, ਟਰਾਲੀ ਦੇ ਪਿੱਛੇ ਲੱਤਾਂ ਲਮਕਾ ਕੇ ਬੈਠੇ ਹੋ, ਸਰਦੀ ਗਰਮੀ ਨਹੀਂ ਵੇਖਦੇ, ਕਦੀ ਐਂ ਨੂੰ ਭੱਜ ਜਾਂਦੇ ਹੋ, ਕਦੀ ਕੀ ਲੈਣ ਜਾਂਦੇ ਹੋ? ਰੱਬ ਲੱਭਣ? ਉਹ ਭੁੱਲਿਓ, ਲੱਭੀ ਦੀ ਉਹ ਚੀਜ਼ ਜਿਹੜੀ ਗਵਾਚੀ ਆ। ਜਿਹਦੇ ਨਾਲ ਰੱਬ ਹੀ ਗਵਾਚ ਗਿਆ, ਦੁਨੀਆਂ ਕਿੱਧਰ ਨੂੰ ਜਾਊਗੀ? ਰੱਬ ਸਥਿਰ ਹੈ, ਰੱਬ ਟਿਕਿਆ ਹੈ, ਇੱਕ ਜਗ੍ਹਾ 'ਤੇ, ਹਰ ਜਗ੍ਹਾ 'ਤੇ ਉਹਦੀ ਹੋਂਦ ਆ। ਆਖੋ ਵਾਹਿਗੁਰੂ, ਅਨੇਕ ਹੈ ਫਿਰ ਏਕ ਹੈ, ਅਨੇਕ ਹੈ ਖੇਲ 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 ਖੇਲਣ ਅੰਤ ਕੋ ਫਿਰ ਏਕ। ਉਹ ਹਰ ਜਗ੍ਹਾ 'ਤੇ ਸਭਾਵਾਂ ਨਾ ਟਰਾਲੀਆਂ ਲਿਖ ਕੇ ਭੱਜੇ ਫਿਰਿਆ ਕਰੋ ਰੱਬ ਨੂੰ। ਉਹ ਤਰ੍ਹਾਂ ਕਿਤੇ ਸੈਰ ਕਰਨ ਜਾਣਾ, ਉੱਤੇ ਲਿਖਿਆ ਸੈਰ ਕਰਨ ਸੰਗਤ ਜਾ ਰਹੀ। ਰੱਬ ਦੀ ਯਾਤਰਾ 'ਤੇ ਨਾ ਜਾਇਆ ਕਰੋ, ਯਾਤਰਾ 'ਤੇ ਉਹਨੂੰ ਲੱਭਣ ਚਾਹੀਦਾ ਜਿਹੜਾ ਗਵਾਚਿਆ ਹੋਵੇ। ਰੱਬ ਹਰ ਜਗ੍ਹਾ 'ਤੇ, ਨਮੋ ਸਰਬ ਰੂਪੇ, ਨਮੋ ਸਰਬ ਰੂਪੇ ਮਿਣੇ, ਉਹ ਵੀ ਰੱਬ ਹੀ ਬੈਠਾ ਜੇ ਉੱਧਰ, ਜਿਹਨਾਂ ਨੂੰ ਤੁਸੀਂ ਹੱਕ ਹੀ ਨਹੀਂ ਦਿੱਤਾ ਵੀ ਇੱਧਰ ਆਣ ਕੇ ਬਹਿ ਜਾਓ। ਨਾ ਜੀ, ਇਹ ਤਾਂ ਬੀਬੀਆਂ, ਇਹ ਸਾਡੇ 'ਚ ਕਿਸ ਤਰ੍ਹਾਂ ਬਹਿ ਸਕਦੀਆਂ? ਤੁਸੀਂ ਕੀ ਹੋ? ਗੁਰਬਾਣੀ ਦੇ ਵਿੱਚ ਲਿਖਿਆ ਸਾਰੀਆਂ ਬੀਬੀਆਂ ਜੇ, ਇੱਧਰ ਤਾੜੀਆਂ ਵਾਲੀਆਂ ਬੈਠੀਆਂ ਬੀਬੀਆਂ, ਬੀਬੀਆਂ ਹੀ ਜੇ ਸਾਰੀਆਂ। ਹਮਸੇ ਕੇਰੀਆਂ ਦਾਸੀਆਂ ਲਿਖਿਆ ਜੇ, ਵੀ ਅਸੀਂ ਸਾਰੀਆਂ ਔਰਤ ਮਰਦ ਜਿੰਨੇ ਨੇ ਨਾ, ਇਹ ਸਾਰੇ ਉਸ ਸ਼ਬਦ ਰੂਪੀ ਪਤੀ ਦੀਆਂ ਪਤਨੀਆਂ ਵਾਂ। ਅਤੇ ਸੱਚਾ ਖਸਮਾ ਮਾਰਾ, ਸੱਚਾ ਉਹ ਸੱਚਾ ਵਾਹਿਗੁਰੂ ਸਾਡਾ ਕੀ ਹੈ? ਖਸਮਿਆ, ਉਹਨਾਂ ਲਈ ਵੱਖਰੀ ਲੀਕ ਖਿੱਚਤੀ, ਬੀਬੀਆਂ ਇੱਧਰ ਬਹਿਣਗੀਆਂ। ਜੇ ਇਸ ਘਰ 'ਚ ਵੀ ਤੁਸੀਂ ਇਕੱਠੇ ਨਾ ਬਹਿ ਸਕੇ, ਤਾਂ ਕਦੀ ਕਿਤੇ ਨਾ ਇਕੱਠੇ ਬਹਿ ਸਕੇ। ਜੇ ਇੱਥੇ ਵੀ ਤੁਹਾਨੂੰ ਔਰਤ ਵੱਖਰੀ ਦਿਸੀ, ਮਰਦ ਵੱਖਰਾ ਦਿਸਿਆ, ਸਮਝ ਲਓ ਇਹ ਕੋੜ ਕਿਤੇ ਵੀ ਦੂਰ ਨਹੀਂ ਹੋ ਸਕਦਾ। ਕੋਈ ਯੋਗ ਸੁਣਨ ਵਾਲੀਆਂ ਆ, ਤੁਸੀਂ ਵੇਖਿਓ ਜਲੰਧਰ ਆਣ ਕੇ, ਲੁਧਿਆਣੇ ਆਣ ਕੇ, ਜਿਹੜੀਆਂ ਯੋਗ ਸੁਣਨ ਵਾਲੀਆਂ ਮੇਰੀਆਂ ਭੈਣਾਂ ਨੇ, ਜਿਹਨਾਂ ਦੀ ਸੁਰਤ ਨੂੰ ਸ਼ਬਦ ਚੰਗਾ ਲੱਗਾ, ਉਹ ਸਭ ਤੋਂ ਪਹਿਲਾਂ ਇੱਥੇ ਆਣ ਕੇ ਜਗ੍ਹਾ ਮਰ ਲੈਂਦੀਆਂ। ਵਾਹਿਗੁਰੂ, ਅੱਜ ਦੀ ਪੌੜੀ ਇੱਥੋਂ ਆਰੰਭ ਹੋਈ ਵੀ ਅਮੁੱਲ ਗੁਣ, ਇਤਰਾਂ ਬੈਠੋ, ਅਮੁੱਲ ਅਮੁੱਲ ਬਣੇ ਜਿਹਦਾ ਕੋਈ, ਉਸ ਵਾਹਿਗੁਰੂ ਦੇ ਗੁਣਾਂ ਦਾ ਕੋਈ ਮੁੱਲ ਨਹੀਂ। ਕਿਹਾ ਜਿਹੜੇ ਸੂਰਜ ਚੜਾਇਆ ਉਹਦਾ ਗੁਣ ਆ, ਜਿਨ ਦਿਨ ਕਰਕੇ ਕੀਤੀ ਕੀਤੀ, ਜਿਹੜੀ ਰਾਤ ਪਾਤੀ ਹੈ, ਜੇ ਰਾਤ ਨਾ ਪਾਉਂਦਾ ਤਾਂ ਬੰਦਾ ਖੱਪ ਖੱਪ ਮਰ ਜਾਂਦਾ, 24 ਘੰਟੇ ਕਦੀ ਆਰਾਮ ਹੀ ਨਾ ਕਰਦਾ। ਆਖੋ ਵਾਹਿਗੁਰੂ, ਰਹਿਣ ਗਈ ਫਿਰ ਹੋਏ ਪ੍ਰਭਾਤ, ਇਹ ਉਹਦੇ ਗੁਣ ਨੇ। ਰਾਤ ਚਲੇ ਜਾਂਦੀ ਤਾਂ ਫਿਰ ਕੀ ਹੋ ਜਾਂਦੀ? ਪ੍ਰਭਾਤ ਸਵੇਰ ਹੋ ਜਾਂਦੀ। ਇਹ ਜਿਹੜਾ ਹਨੇਰੇ ਦੀ ਰਾਤ ਦੇ ਵਿੱਚ ਸੂਰਜ ਚੜਾ ਕੇ ਉਹਨੇ ਚਾਨਣ ਕੀਤਾ, ਇਹ ਉਹਦਾ ਕੀ ਗੁਣ? ਕੀ ਹੈ ਆਹ ਜਿਹੜਾ ਮੈਨੂੰ ਬੋਲਣ ਦੀ ਤਾਕਤ ਦਿੱਤੀ, ਇਹ ਕੀ ਹੈ ਉਹਦਾ ਗੁਣ? ਆਹ ਵੇਖਣ ਦੀ ਪਾਵਰ ਦਿੱਤੀ, ਇਹ ਕੀ ਉਹਦਾ? ਇਹਨਾਂ ਦਾ ਕੋਈ ਮੁੱਲ ਹੈ? ਅੱਖਾਂ ਪਾਉਂਦੇ ਹੋ ਨਾ, ਪੈਸੇ ਲੱਗਦੇ? ਕੰਨ ਦੀ ਮਸ਼ੀਨ ਲਾਉਂਦੇ, ਉਹਦੇ ਪੈਸੇ ਲੱਗਦੇ?
ਮਗਰ ਜਿਹਨੇ 70 ਸਾਲ ਮਸ਼ੀਨ ਤੋਂ ਬਿਨਾਂ ਸੁਣਨ ਦੀ ਪਾਵਰ ਦਿੱਤੀ, ਉਹਦਾ ਕੋਈ ਮੁੱਲ ਦੇ ਸਕਦੇ ਹੋ? ਅਮੁੱਲ ਗੁਣ ਬੋਲੋ ਹਾਂ, ਅਤੇ ਉਹਨਾਂ ਗੁਣਾਂ ਦਾ ਵਪਾਰ ਕਰਨ ਵਾਲੇ ਵੀ ਕੋਈ ਐਵੇਂ ਨਹੀਂ। ਅਮੁੱਲ ਵਪਾਰ, ਜਿਹੜੇ ਉਹ ਵਪਾਰ ਕਰਦੇ ਨੇ ਉਹ ਵੀ ਅਮੁੱਲ ਨੇ, ਜਿਹੜੀ ਚੀਜ਼ ਖਰੀਦ ਕੇ ਖੜਦੇ ਨੇ ਉਹ ਵੀ ਅਮੁੱਲ ਆ। ਨਾਮ ਅਮੁੱਲਕ ਰਤਨ ਹੈ, ਬੋਲੋ। ਇਸ ਤਰ੍ਹਾਂ ਨਾ ਕਰੋ ਮੇਰੀਆਂ ਬੱਚੀਆਂ, ਸੁਚੇਤ ਹੋ ਕੇ। ਤੁਸੀਂ ਤਾਂ ਬੜਾ ਸੋਹਣਾ ਦੁੱਧ ਪੀਂਦੀਆਂ ਜੇ, ਮੱਖਣ ਖਾਂਦੀਆਂ ਪਿੰਡਾਂ ਦੀਆਂ। ਇਸ ਤਰ੍ਹਾਂ ਕੋਈ ਸ਼ਹਿਰ ਵਿੱਚ, ਬੰਬੇ ਵਿੱਚ ਜਿਨ੍ਹਾਂ ਵਿਚਾਰੀਆਂ ਨੂੰ ਥੈਲੀਆਂ ਵਾਲਾ ਦੁੱਧ ਮਿਲਦਾ ਹੈ, ਕਦੀ ਦਰਸ਼ਨ ਕਰਨ ਨੂੰ ਦੁੱਧ ਨਹੀਂ ਅਸਲੀ, ਕਦੀ ਦਹੀਂ ਨਹੀਂ ਮਿਲਦਾ ਕਿਤੇ, ਉਹ ਤਾਂ ਇਸ ਤਰ੍ਹਾਂ ਬੈਠੀਆਂ ਹੁਣ। ਤੁਸੀਂ ਤਾਂ ਇਸ ਤਰ੍ਹਾਂ ਬੈਠੋ, ਤਾਜ਼ਾ ਹੀ ਮਿਲਦਾ, ਭਾਵੇਂ ਦੁੱਧ ਹੀ ਦੇ ਕੇ ਜਾਂਦਾ ਤਾਂ ਵੀ ਤਾਜ਼ਾ ਹੀ ਹੈ ਨਾ। ਸਵੇਰੇ ਚੋਇਆ ਦੇ ਜਾਂਦੇ 2 ਘੰਟੇ ਬਾਅਦ, ਆਖੋ ਵਾਹਿਗੁਰੂ। ਅਤੇ ਜਿਨ੍ਹਾਂ ਕੋਲ ਜਾਂਦਾ ਹੀ 8-8 ਦਿਨ ਬਾਅਦ ਜਾਂ 10-10 ਦਿਨ ਬਾਅਦ ਪੈਕ ਹੋਇਆ ਦੁੱਧ, ਉਹ ਵੀ ਗੱਜ ਗੱਜ ਕੇ ਬੋਲਦੇ ਨੇ ਲੋਕ। ਤੁਸੀਂ ਤਗੜੇ ਹੋ, ਮਰਦ ਬਣੋ, ਥੋੜ੍ਹਾ ਚਿਰ ਲੱਕ ਸਿੱਧਾ ਕਰਕੇ ਰੱਖੋ ਅਤੇ ਗੱਲ ਨੂੰ ਸਮਝੋ। ਉਹਦੇ ਗੁਣ ਵੀ ਵਪਾਰ ਅਮੁੱਲ ਨੇ ਅਤੇ ਉਹਦਾ ਵਣਜ ਵੀ ਅਮੁੱਲ ਆ। ਅਮੁੱਲ ਵਪਾਰ, ਵਪਾਰ ਮਣੇ ਵਣਜ ਜਿਹੜਾ ਵਪਾਰ ਕੀਤਾ। ਅਮੁੱਲ ਵਪਾਰੀਏ, ਜਿਹੜੇ ਇਸ ਵਪਾਰ ਵਿੱਚ ਲੱਗੇ ਨੇ, ਕੋਈ ਕਣਕ ਖਰੀਦਦਾ ਹੈ, ਕੋਈ ਝੋਨਾ ਖਰੀਦਦਾ ਹੈ, ਕੋਈ ਕਪਾਹ ਖਰੀਦਦਾ ਹੈ, ਕੋਈ ਸੋਨਾ ਖਰੀਦਦਾ ਹੈ, ਕੋਈ ਹੀਰੇ ਖਰੀਦਦਾ, ਇਹ ਵੀ ਕੀ ਨੇ? ਸਾਰੇ ਵਪਾਰੀ ਨੇ। ਮਗਰ ਜਿਹੜੇ ਨਾਮ ਕੇ ਵਪਾਰੀ, ਬੋਲੋ ਹਾਂ, ਸੰਤੋਂ ਬਣਦਿਆ ਨਾਮ ਗੋਬਿੰਦ ਕਾ, ਸੰਤੋਂ ਬਣਦਿਆ ਜਿਸ ਵੱਖਰ ਕੋ ਲੈਣ ਤੂੰ ਆਇਆ, ਵੱਖਰ ਸੌਦਾ ਉਹਦਾ ਨਾਂ ਕੀ ਆ? ਰਾਮ ਨਾਮ ਸੰਤਨ ਘਰ ਪਾਇਆ। ਇਹ ਵਪਾਰ ਬਿਰਲਾ ਵਪਾਰ। ਇੱਥੇ ਪਾਪਾ ਕਹਿੰਦੇ, ਬਾਬਾ ਜੀ ਪਿਤਾ ਜੀ ਕਹਿੰਦੇ, ਅਮੁੱਲ ਵਪਾਰੀਏ, ਜਿਹੜੇ ਇਸ ਵਪਾਰ 'ਚ ਲੱਗੇ ਨੇ ਨਾ, ਅੰਮ੍ਰਿਤ ਵੇਲੇ ਉੱਠ ਕੇ ਸਾਰੀ ਦੁਨੀਆ ਘਰਾੜੇ ਮਾਰਨ ਲਈ ਹੁੰਦੀ, ਅਤੇ ਉਹ ਅੰਮ੍ਰਿਤ ਵੇਲੇ ਠੰਡੇ ਪਾਣੀ ਨਾਲ ਨਹਾ ਕੇ ਇਸ ਤਰ੍ਹਾਂ ਲੱਤਾਂ 'ਤੇ ਲੱਤਾਂ ਚਾੜ ਕੇ ਬਹਿ ਜਾਂਦੇ। ਕੁਛ ਤਾਂ ਕਰ ਹੀ ਰਹੇ ਨੇ ਨਾ, ਆਖੋ ਵਾਹਿਗੁਰੂ। ਉਹਨਾਂ ਦੇ ਚੌਂਕੜਾ ਮਾਰਨ ਦਾ ਮਤਲਬ ਇਹ ਨਹੀਂ ਵੀ ਤਾਸ਼ ਖੇਡਣੀ। ਉਹ ਇਸ ਕਰਕੇ ਸੁਚੇਤ ਨਹੀਂ ਵੀ ਚੁਗਲੀ ਕਰਨ ਨੂੰ ਬੈਠੇ ਨੇ। ਇਸ ਤਰ੍ਹਾਂ ਜਿਹੜੇ ਬੈਠੇ, ਜਿਹੜਾ ਵਪਾਰ ਕੀਤਾ ਉਹ ਵਪਾਰ ਵੀ ਬਹੁਤ ਅਮੁੱਲ ਆ, ਅਤੇ ਵਪਾਰੀ ਵੀ ਬਹੁਤ ਅਮੁੱਲ ਆ। ਅਮੁੱਲ ਵਪਾਰੀਏ, ਬੋਲੋ, ਪਤਾ ਲੱਗਾ ਤੀਏ? ਜਿਹੜੇ ਵਪਾਰ ਕਰਨ ਵਾਲੇ ਨੇ ਉਹਨਾਂ ਦੀ ਵੀ ਕੋਈ ਕੀਮਤ ਨਹੀਂ। ਸੰਤ ਦੀ ਕੀ ਕੀਮਤ ਪਾਓਗੇ? ਨਾਮ ਜਪਣ ਵਾਲੇ ਗੁਰਮੁਖ ਦੀ ਕੀ ਕੀਮਤ ਪਾਓਗੇ? ਜਿਹਦੇ ਬਾਰੇ ਮੇਰਾ ਗੁਰੂ ਰਾਮਦਾਸ ਕਹਿੰਦਾ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਨ ਆਵਣ ਕਾ, ਜਨ ਕੇ ਸੰਗ ਚਿੱਤ ਆਪ ਮੁਕਤ ਮੁਕਤ ਕਰੇ। ਉਹਦੀ ਕੀ ਕੀਮਤ ਕਰੋਗੇ? ਬਾਬੇ ਨਾਨਕ ਦੀ ਕੀ ਕੀਮਤ ਪਾਓਗੇ? ਬਾਬੇ ਕਬੀਰ ਦੀ ਕੀ ਕੀਮਤ ਪਾਓਗੇ ਤੁਸੀਂ? ਅਮੁੱਲ ਵਪਾਰੀਏ, ਅਮੁੱਲ ਭੰਡਾਰ, ਜਿਹੜਾ ਭੰਡਾਰਾ ਜਮ੍ਹਾਂ ਕਰਦੇ ਨੇ ਨਾ, ਤੁਹਾਡੇ ਘਰ ਸਾਰਾ ਕਮਰਾ ਕਣਕ ਦਾ ਪਿਆ ਹੋਵੇ, ਆਖੋ ਵਾਹਿਗੁਰੂ। ਸਰੋਂ ਦਾ ਭਰਿਆ ਹੋਵੇ, ਕਪਾਹ ਦਾ ਭਰਿਆ ਹੋਵੇ, ਤੁਸੀਂ ਪੇਂਡੂ, ਮੈਂ ਤੁਹਾਡੇ ਪੇਂਡੂਆਂ ਦੀ ਭਾਸ਼ਾ 'ਚ ਬੋਲ ਰਿਹਾ, ਆਖੋ ਵਾਹਿਗੁਰੂ। ਇਹਨਾਂ ਚੀਜ਼ਾਂ ਦਾ ਤੁਹਾਡੇ ਘਰ ਢੇਰ ਲੱਗਾ ਹੋਵੇ, ਵੀ ਸਾਰਾ ਕਮਰਾ ਤਣਿਆ ਪਿਆ ਹੋਵੇ, ਬਾਸਮਤੀ ਨਾਲ ਭਰਿਆ ਹੋਵੇ, ਆਖੋ ਵਾਹਿਗੁਰੂ। ਕਣਕ ਨਾਲ ਭਰਿਆ, ਅਤੇ ਉਹਦਾ
ਅਮੁੱਲ ਨਹੀਂ ਕਹਿ ਸਕਦੇ। ਸਾਰਾ ਤੋਲੋਗੇ ਤੇ 2, 4, 10, 20, 50 ਹਜ਼ਾਰ ਰੁਪਈਏ ਦਾ ਮੁੱਲ ਪੈ ਜੂ। ਮਗਰ ਜਿਹਦੇ ਹਿਰਦੇ ਵਿੱਚ ਨਾਮ ਦਾ ਵਪਾਰ ਆ ਉਹਦਾ ਕੀ ਮੁੱਲ ਪਾਓਗੇ? ਅਮੁੱਲ ਵਪਾਰ, ਇਹਦਾ ਕੀ ਮੁੱਲ ਆ? ਵਾਹਿਗੁਰੂ ਵਾਹਿਗੁਰੂ। ਗੋਡਿਆਂ ਤੇ ਹੱਥ ਰੱਖੋ। ਤੀਆਂ ਮੇਰੀਆਂ ਬੱਚੀਆਂ ਝੂਮ ਝੂਮ ਕੇ ਵਾਹਿਗੁਰੂ, ਗੁਰੂ ਨੂੰ ਸੁਣੋ, ਗੁਰੂ ਪੂਰਾ ਬੋਲੋ, ਗੱਗੇ ਦੇ ਔਂਕੜ ਆ ਰਹੇ ਨੇ ਦਲੌਂਕੜ, ਗੁਰੂ ਸਾਰੇ ਬੋਲਿਓ ਕੋਈ ਚੁੱਪ ਨਾ ਰਹੋ, ਨਹੀਂ ਵੀ ਕਥਾ ਦਾ ਪਤਾ ਲੱਗਦਾ ਵਾਹਿਗੁਰੂ ਕਹੋ ਮੂੰਹ ਚੋਂ, ਫਿਰ ਵੀ ਕੁਝ ਲੈ ਕੇ ਜਾਓਗੇ। ਆਖੋ ਸਤਨਾਮ ਸ੍ਰੀ ਅਮੁੱਲ ਵਪਾਰੀਏ ਤੇ ਮੁੱਲ ਭੰਡੌਰ ਵੀ ਜਿਹੜਾ ਭਰ ਲਿਆ ਨਾ ਉਹਦਾ ਵੀ ਬੋਲੋ, ਉਹਦਾ ਵੀ ਕੋਈ ਮੁੱਲ ਨਹੀਂ। ਉਹ ਜਿਹੜਾ ਅੰਦਰ ਪਿਆ ਹੈ ਨਾ ਹਿਰਦੇ ਚ, ਉਹਦਾ ਵੀ ਕੋਈ ਅੱਗੇ ਕਹਿੰਦੇ ਬਾਬਾ, ਬਾਬਾ ਨਾਨਕ ਕਹਿੰਦਾ ਹੇ ਵਾਹਿਗੁਰੂ, ਜਿਹੜੇ ਤੇਰੇ ਦਰ ਤੇ ਚੱਲ ਕੇ ਆਉਂਦੇ ਨਾ, ਧੀਆਂ ਚੱਲ ਕੇ ਆਈਆਂ, ਵੀਰ ਚੱਲ ਕੇ ਆਏ ਨੇ, ਇਹਨਾਂ ਦਾ ਵੀ ਕੋਈ ਮੁੱਲ ਨਹੀਂ। ਅਮੁੱਲ ਆਵੇਂ ਬੋਲ, ਨਹੀਂ ਇਸ ਤਰ੍ਹਾਂ ਥੋੜ੍ਹਾ, ਅਮੁੱਲ ਆਵੇਂ ਬੋਲੋ, ਆਵੇ ਨਹੀਂ ਆਵੇਂ। ਸੇਵਕ ਸਿੱਖ ਪੂਜਣ ਸਭ ਜਿਹੜੇ ਆਏ ਨੇ, ਆ ਜਿੰਨੇ ਆਏ ਨੇ ਇਸ ਵੇਲੇ ਬੇਅੰਤ ਲੋਕ ਨੇ ਸ਼ਰਾਬ ਨਾਲ ਟੁੱਲ ਹੋਏ ਘਰਾਂ 'ਚ ਬੈਠੇ, ਕਿਤੇ ਤੇ ਤੁਹਾਡੇ 'ਤੇ ਕਿਰਪਾ ਕੀਤੀ ਹੈ, ਜਿਹੜੀਆਂ ਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ, ਕਿਤੇ ਤੇ ਪਿਆਰ ਦੀ ਸਵੱਲੀ ਨਜ਼ਰ ਪੈ ਗਈ ਤੁਹਾਡੇ 'ਤੇ, ਤਾਂ ਲਿਆਂਦਾ। ਐਵੇਂ ਥੋੜ੍ਹਾ ਆਏ ਹੋ, ਟੀ ਵੀ ਅੱਗੇ ਵੀ ਬਹਿ ਸਕਦੇ ਸੋ, ਆ ਮਾਈਆਂ ਲਾ ਕੇ ਟੀ ਵੀ ਦੇ ਉੱਤੇ, ਯੂਟਿਊਬ 'ਤੇ ਵੀ ਹੁਣ ਤਾਂ ਕੱਢ ਕੇ ਟੀ ਵੀ ਦੀ ਜ਼ਰੂਰਤ ਨਹੀਂ, ਫੋਨਾਂ 'ਤੇ ਲੱਗੀਆਂ ਨੇ। ਆਖੋ ਵਾਹਿਗੁਰੂ, ਵੱਖਰੇ ਵੱਖਰੇ ਨਾਟਕ ਚੇਟਕ ਘਰ ਬੈਠੀਆਂ ਵੇਖ ਸਕਦੀਆਂ ਸੀ, ਮਗਰ ਜਿਹਨੇ ਤੇਰੇ ਹੱਥੋਂ ਫੋਨ ਛਡਾ ਕੇ ਗੁਰਦੁਆਰੇ ਦਾ ਚੇਤਾ ਕਰਾਇਆ ਉਹ ਬੜਾ ਮਹਾਨ ਹੀ। ਜਾ ਜਾ ਉੱਥੇ ਜਾ, ਮੇਰੇ ਮਾਧੋ ਜੀ ਸਤਸੰਗਤ ਮਿਲੇ, ਜਾ ਕੋਈ ਘੜੀਆਂ ਦੋ ਲਾਇਆ ਆਪਣੀ ਜ਼ਿੰਦਗੀ ਦੇ ਵਿੱਚ ਸਤਸੰਗਤ ਦੀਆਂ, ਤੇਰਾ ਭਲਾ ਹੋ ਜਾਏ, ਤੇਰਾ ਤੇਰੇ ਘਰ 'ਚ ਅੱਗ ਨਾ ਲੱਗੇ, ਤੇਰੇ ਬੱਚੇ ਨਾ ਸਣ ਨਸ਼ਿਆਂ 'ਚ, ਤੇਰੇ ਘਰ 'ਚ ਕਲੇਸ਼ ਨਾ ਪਵੇ, ਜਾ ਸਤਸੰਗਤ ਵਿੱਚ ਜਾ। ਆਖੋ ਵਾਹਿਗੁਰੂ, ਅਮੁੱਲ ਆਵੇਂ। ਅੱਜ ਤੋਂ ਜਪਜੀ ਸਾਹਿਬ ਪੜ੍ਹੋਗੇ ਤੀ ਤਰ੍ਹਾਂ ਪੜ੍ਹਿਓ, ਵੀ ਜਿਹੜੇ ਤੇਰੇ ਦਰ 'ਤੇ ਚੱਲ ਕੇ ਆਏ ਉਹ ਵੀ ਬੜੇ ਢਿੱਲੇ ਹੋ, ਉਹ ਵੀ ਅਮੁੱਲ ਨੇ ਜਿਹੜੇ ਚੱਲ ਕੇ ਆਏ, ਸੌਦਾ ਤੇ ਮੁੱਲ ਹੈ ਹੀ, ਜਿਹੜੇ ਸੌਦਾ ਲੈਣ ਆਏ ਉਹ ਵੀ ਅਮੁੱਲ ਨੇ। ਅਮੁੱਲ ਆਵੇਂ, ਅਮੁੱਲ ਲੈ ਜਾਏ, ਜਿਹੜਾ ਸੌਦਾ ਖਰੀਦ ਕੇ ਲੈ ਗਏ ਨੇ ਉਹ ਵੀ ਅਮੁੱਲ ਆ, ਇਹ ਕਿਤੇ ਨਹੀਂ ਮਿਲਦਾ। ਆਖੋ ਵਾਹਿਗੁਰੂ, ਇਹ ਆ ਵੇਖਿਆ ਗੋਭੀ ਪਿੰਡਾਂ 'ਚ ਵੇਚਦੇ ਫਿਰਦੇ ਗਲੀਆਂ 'ਚ, ਧਿਆਨ ਦਿਓ ਗੋਭੀ ਬਹੁਤ ਮਿਲਦੀ ਹੈ ਨਾ, ਜਿਹੜਾ ਮਰਜ਼ੀ ਵੇਚਣ ਤੁਰ ਪਿਆ ਜਿਸ ਤਰ੍ਹਾਂ ਇਹ ਤੁਰੇ ਫਿਰਦੇ, ਹੁਣ ਨਹੀਂ ਸਮਝਿਆ ਜੇ
ਸਮਝ ਲਿਆ? ਅੱਛਾ, ਇਹ ਜਿਹੜੇ ਵੇਚਦੇ ਫਿਰਦੇ ਆ, ਉਹ ਆਓ ਉੱਥੇ, ਆਓ ਉੱਥੇ, ਆਓ ਇੱਥੇ। ਜਿਹੜੀ ਗੋਭੀ ਹਰ ਥਾਂ 'ਤੇ ਮਿਲਦੀ ਹੈ ਨਾ, ਅਮੁੱਲ ਨਹੀਂ, ਇਹ ਗੁਰਦੁਆਰੇ ਮਿਲਦੀ, ਇੱਥੇ ਸੌਦਾ ਲੈਣ ਜਾਣਾ ਪੈਂਦਾ ਹੈ। ਅੱਖ ਵਾਹਿਗੁਰੂ। ਅਮੁੱਲ ਆਵੇ ਜਿਹੜਾ ਲੈ ਕੇ ਗਏ, ਅਮੁੱਲ ਲੈ ਜਾਏ ਜਿਹੜੀ ਚੀਜ਼ ਲੈ ਕੇ ਨੇ, ਉਹ ਵੀ ਬੜੀ ਪਤਾ ਲੱਗ ਰਿਹਾ ਨਹੀਂ ਕਿ ਬੋਲੋ ਫਿਰ ਸਮਾ ਅੱਗੇ ਤੁਰਾਂ, ਪਤਾ ਲੱਗ ਗਿਆ ਇੱਥੋਂ ਤੱਕ। ਹੁਣ ਜਦੋਂ ਉੱਥੇ ਕਹਿੰਦਾ ਆਇਆ ਜਲੰਧਰ ਜਿੰਨੀਆਂ ਪੌੜੀਆਂ ਕਰਕੇ ਆਇਆ, ਧੀਓ ਬੜੇ ਬੱਚੇ ਆਏ ਅਰਕਾ, ਪਹਿਲੀ ਵਾਰ ਸੀ ਮੇਰੀ ਇੱਛਾ ਪੂਰੀ ਹੋਈ, ਲੋਕਾਂ ਦਾ ਲਾਮਾ ਹੈ, ਜੂਥ ਨਹੀਂ ਆਉਂਦਾ, ਜੂਥ ਨਹੀਂ ਆਉਂਦਾ। ਹੁਣ ਆਹ ਵੇਖੋ ਬੈਠਾ ਜੂਥ ਸਾਰਾ, ਤੁਸੀਂ ਸੌਦਾ ਤੇ ਦਿਓ ਇਹਨਾਂ ਨੂੰ, ਇਹਨਾਂ ਨੂੰ। ਜਦੋਂ ਤੁਸੀਂ ਬਾਬੇ ਆਦਮ ਦੀਆਂ ਕਹਾਣੀਆਂ ਸੁਣਾਓਗੇ, ਬੋਰ ਹੋ ਜਾਣਗੇ। ਬਾਬੇ ਨਾਨਕ ਦੀ ਸਹਿਬ ਮੇਰਾ ਨੀਤ ਨਵਾਂ, ਅੱਜ ਦੀ ਕਹਾਣੀ ਹੈ, ਕੱਲ੍ਹ ਦੀ ਨਹੀਂ। ਆਖੋ ਵਾਹਿਗੁਰੂ। ਇਹ ਕੀ ਆ, ਇਹਦੇ ਵਿੱਚ ਦੋ ਚੀਜ਼ਾਂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤੁਸੀਂ ਉਹ ਸੁਣੋ ਧਿਆਨ ਨਾਲ, ਮੈਨੂੰ ਪਤਾ ਤੁਸੀਂ ਟਿੱਕ ਗਏ ਕੁਝ ਮਿੰਟ ਲਈ। ਇਹਦੇ ਵਿੱਚ ਇੱਕ ਮਿਥਿਹਾਸ ਨਹੀਂ, ਮਿਥਿਹਾਸ ਹੁੰਦਾ ਜਿਹੜਾ ਝੂਠੀਆਂ ਗੱਲਾਂ, ਇੱਕ ਇਤਿਹਾਸ ਨਹੀਂ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ। ਫਿਰ ਕੀ ਆ ਜੀ, ਨਾ ਇਤਿਹਾਸ ਨਾ ਮਿਥਿਹਾਸ, ਇਹਦੇ ਕੀ, ਇੱਕ ਅੰਗ ਤੋਂ 1430 ਅੰਗ ਤੱਕ ਸਾਰਾ ਗਿਆਨ ਹੀ ਭਰਿਆ। ਅਸੀਂ ਔਲਾਦ ਨੂੰ ਦਈਏ, ਸਾਡੀ ਔਲਾਦ ਤਾਂ ਭਾਈ ਜੀ ਖੋਪਰੀਆਂ, ਜਦੋਂ ਕੋਈ ਦਿੰਦੇ ਸੀ ਨਾ ਮਾਂ ਪਿਓ, ਜਦੋਂ ਛੋਟੇ ਛੋਟੇ ਬੱਚਿਆਂ ਨੂੰ, ਭਾਈ ਤਾਰੂ ਸਾਨੂੰ ਉਹਦੀ ਮਾਂ ਪੜ੍ਹਾਉਂਦੀ ਰਹੀ ਨਾ ਕਿਤੇ। ਆਖੋ ਵਾਹਿਗੁਰੂ। ਭਾਈ ਮਤੀ ਦਾਸ ਸਤੀ ਦਾਸ ਨੂੰ ਕਿਤੇ ਮਾਂ ਪਿਓ ਨੇ ਸਮਝਾਇਆ ਸੀ ਨਾ, ਪੁੱਤਰਾ ਆਰੇ ਵੀ ਸਿਰ 'ਤੇ ਫਿਰ ਜਾਣ ਤਾਂ ਵੀ ਸਿੱਖੀ ਨਹੀਂ ਛੱਡਣੀ, ਕਿਸੇ ਪੜ੍ਹਾਇਆ ਸੀ ਤਾਂ ਹੀ ਪੜ੍ਹੇ ਸੀ ਨਾ, ਸਾਡੇ ਹੁਣ ਪੜ੍ਹਾਉਣੋਂ ਅੜ ਗਿਆ ਸੀ। ਇੱਥੋਂ ਸੌਦਾ ਲੈ ਕੇ ਜਿਹੜਾ ਜਾਣਾ ਉਹ ਵੀ ਮੁੱਲ ਹੈ, ਜਿਹੜੇ ਲੈਣ ਆਏ ਨੇ ਉੱਚੀ ਬੋਲੋ। ਵਣਜ ਕਰੋ ਵਣ ਜਾ ਰਿਓ, ਵਣਜ ਕਰੋ ਵਣ ਜਾ ਰਿਓ, ਵਣਜ ਵਣਜ ਕਰੋ ਵਣ ਜਾ ਰਿਓ, ਵਣਜ ਕਰੋ ਵਣ ਜਾ ਰਿਓ, ਵਣਜ ਵੱਖਰ ਲਿਓ ਸਮਾਲ, ਵੱਖਰ ਲਿਓ ਸਮਾਲ, ਵੱਖਰ ਤੈਸੀ ਵਸਤ ਵਸਾਈਐ, ਤੈਸੀ ਵਸਤ ਵਸਾਈਐ, ਤੈ ਜੈਸੀ ਨਿਭੇ ਨਾਲ, ਜੈਸੀ ਨਿਭੇ ਨਾਲ, ਜੈਸੀ ਨਿਭੇ ਨਾਲ, ਜੈਸੀ ਨਿਭੇ ਨਾਲ, ਕਰੋ ਵਣ ਜਾ ਰਿਓ ਵਾਹਿਗੁਰੂ, ਵਾਹਿਗੁਰੂ, ਕਰੋ ਵਣ ਜਾ ਰਿਓ ਵਾਹਿਗੁਰੂ, ਵਾਹਿਗੁਰੂ, ਕਰੋ ਅਮੁੱਲ ਵਪਾਰੀਏ। ਅੱਗੇ ਆਉਂਦੇ ਅਮੁੱਲ ਭਾਏ, ਅਮੁੱਲ ਭਾਏ, ਉਹ ਵੀ ਅਮੁੱਲ ਨੇ ਜਿਹਦੀ ਤੇਰੇ ਨਾਲ ਪ੍ਰੀਤੀ ਬਣ ਗਈ, ਪ੍ਰੇਮ ਬਣ ਗਿਆ ਜਿਹਨਾਂ ਦਾ। ਅੱਖ ਵਾਹਿਗੁਰੂ। ਜਿਹਨਾਂ ਦੀ ਤੇਰੇ ਨਾਲ ਪ੍ਰੀਤ ਬਣ ਆਈ ਤੇ ਫਿਰ ਨਿਭ ਗਈ।
ਤਾਂ ਹੀ ਭਾਈ ਮਤੀ ਦੱਸਦਾ ਕੋਈ ਮੁੱਲ ਨਹੀਂ। ਅਖ ਵਾਹਿਗੁਰੂ। ਪ੍ਰੀਤੀ ਤੇ ਪੈ ਗਈ, ਪ੍ਰੀਤੀ ਪੈ ਗਈ, ਗਾਤਰਾ ਪੈ ਗਿਆ, ਕਿਰਪਾਨ ਰੱਖ ਲਈ, ਕੰਘਾ ਰੱਖ ਲਿਆ। ਕੁੜਮਾ ਨੇ ਆਖਿਆ ਸ਼ਰਾਬ ਦੀ ਰੋਟੀ ਪਾਉਣੀ, ਮੀਟ ਦੀ ਰੋਟੀ ਪਾਉਣੀ। ਪ੍ਰੀਤੀ ਟੁੱਟ ਗਈ, ਅਸੂਲ ਟੁੱਟ ਗਏ। ਤਨ ਹੈ ਤੂੰ ਭਾਈ ਮਤੀ ਦਾਸ ਤੇ ਸਤੀ ਦਾਸ ਤੇ ਭਾਈ ਦੇ ਲਿਆ ਤੂੰ ਤਨ ਹੈ। ਅਖ ਵਾਹਿਗੁਰੂ। ਭਾਈ ਮਾਧੋ ਸਿੰਘ ਤੂੰ ਤਨ ਹੈ। ਤੇਰੀ ਮਾਂ ਕਹਿੰਦੀ ਮੇਰਾ ਪੁੱਤ ਸਿੱਖ ਨਹੀਂ, ਮੇਰਾ ਪੁੱਤ ਤੇ ਤੂੰ ਛਾਤੀ ਤੇ ਹੱਥ ਮਾਰ ਕੇ ਆਖਿਆ ਕਿਹੜੀ ਮਾਂ ਕਹਿੰਦੀ, ਕਿਹੜੀ ਮਾਂ ਕਹਿੰਦੀ? ਕਹਿੰਦੇ ਉਹ ਖਲੋਤੀ, ਕਹਿੰਦਾ ਇਹ ਤੇ ਮੇਰੀ ਮਾਂ ਹੀ ਨਹੀਂ। ਇਹਨੂੰ ਕਹਿੰਦੇ ਜਿਨ੍ਹਾਂ ਦੀ ਪ੍ਰੀਤੀ ਤੇਰੇ ਨਾਲ ਪੈ ਗਈ ਉਹ ਵੀ ਅਮੁੱਲ ਨੇ। ਭਾਈ ਮਾਧੋ ਸਿੰਘ ਦਾ ਕੋਈ ਮੁੱਲ ਨਹੀਂ, ਭਾਈ ਸਤੀ ਦਾਸ ਦਾ, ਮਤੀ ਦਾਸ ਦਾ ਕੋਈ ਮੁੱਲ ਨਹੀਂ। ਗੁਰੂ ਕੇ ਸਿੱਖੋ, ਲੱਕ ਸਿੱਧਾ ਰੱਖੋ। ਥੋੜ੍ਹਾ ਜਿਹਾ, 5 ਮਿੰਟ, ਸਿਰਫ 5 ਮਿੰਟ ਰਹਿ ਗਏ। ਅੱਖ ਵਾਹਿਗੁਰੂ। ਅਮੁੱਲ ਭਾਏ, ਭਾਈ ਬਣੇ ਪ੍ਰੀਤੀ। ਇਤਨਾ ਪੜ੍ਹਿਆ ਕਰੋ ਜਪਜੀ ਸਾਹਿਬ, ਜਲੰਧਰ ਇਹ ਹੀ ਬੱਚਿਆਂ ਨੂੰ ਦੱਸ ਗਿਆ ਤੇ ਇੰਨੇ ਚਾਅ ਨਾਲ ਸੁਣਿਆ ਉੱਥੋਂ ਦੀਆਂ ਪੜ੍ਹੀਆਂ ਲਿਖੀਆਂ ਬੱਚੀਆਂ, ਕੋਈ ਵਕੀਲ, ਕੋਈ ਡਾਕਟਰ, ਕੋਈ ਦੂਸਰਿਆਂ ਨੇ ਬਾਹਰ ਆਣ ਕੇ ਕਹਿੰਦੇ ਸੀ ਖਾਲਸਾ ਜੀ ਵਾਕਿਆ ਅਸੀਂ ਪੜ੍ਹੀ ਜਾਂਦੇ ਹਾਂ। ਸਾਨੂੰ ਪਤਾ ਨਹੀਂ ਸੀ ਇਹਨਾਂ ਚੀਜ਼ਾਂ ਦਾ, ਜਿਹੜੀਆਂ ਗੁਰਬਾਣੀ 'ਚ ਅੱਜ ਦੱਸੀਆਂ, ਹੁਕਮ ਕੀ ਆ, ਗਾਉਣਾ ਕੀ ਆ, ਸੁਣਨਾ ਕੀ ਆ, ਮੰਨਣਾ ਕੀ ਆ, ਪੰਚ ਕੌਣ ਨੇ, ਕੀ ਕੌਣ ਨੇ ਪੰਚ, ਦੱਸੋ ਹੱਥ ਖੜਾ ਕਰਕੇ। ਸ਼ਾਬਾਸ਼, ਸ਼ਾਬਾਸ਼, ਸੁਣ ਲਾ ਹੁਣ ਕਬਲ, ਹੁਣੇ ਲੈ ਲੈ, ਦੇ ਦਿਓ ਮੈਨੂੰ ਬਾਅਦ, ਸ਼ਾਬਾਸ਼। ਚਲੋ ਕੋਈ ਨਹੀਂ, ਆਖੋ ਵਾਹਿਗੁਰੂ, ਜਿਉਂਦੇ ਰਹੋ। ਕੀ ਕਿਹਾ ਕੌਣ ਨੇ ਤੇ ਵਿੱਚੋਂ ਸੰਗਤ ਦੇ ਵੀ, ਹਾਂਜੀ ਸ਼ਾਬਾਸ਼। ਨੰਬਰ ਲੈ ਕੇ ਜਾਇਓ ਗੁਰੂ ਨਾਨਕ ਦੇ ਘਰੋਂ। ਨਹੀਂ 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 ਨਹੀਂ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਮੰਨਿਆ, ਜਿਨ੍ਹਾਂ ਗਾਇਆ। ਪਹਿਲੋਂ ਕਹਿੰਦੇ ਗਾਵੇ ਕੋ ਤਾਣ, ਇਹ ਆਉਂਦਾ ਹੈ। ਫਿਰ ਕਹਿੰਦੇ ਉਸ ਗਾਉਣ ਨੂੰ ਸੁਣਿਆ, ਜੋ ਬਾਬੇ ਨੇ ਗਾਇਆ ਉਹਨੂੰ, ਤੇ ਫਿਰ ਉਹਨੂੰ ਮੰਨਿਆ। ਇਹ 3 ਪੌੜੀਆਂ ਤੇ ਚੜ੍ਹਨ ਵਾਲਾ ਪੰਚ ਹੁੰਦਾ ਹੈ। ਸੁਣ ਲਾ ਗੁਰੂ ਕੇ ਸਿੱਖਾ, ਅੱਗੇ ਤੋਂ ਨਾ ਕਹਿਣਾ ਮੇਰਾ ਲੱਕ ਟੁੱਟਾ ਹੈ ਵੀ ਅਸੀਂ ਕਿੱਥੇ ਕੁ ਖਲੋਤੇ ਹਾਂ ਸਿੱਖ। ਆਖਰ ਸਿੱਖ ਦੀ ਮਾਨਸਿਕਤਾ ਕਿੱਥੇ ਕੁ ਖਲੋਤੀ ਹੈ? ਜਿਹਨਾਂ ਗਾਇਆ ਉਸ ਗਾਏ ਨੂੰ ਤੇ ਫਿਰ ਉਹਨੂੰ ਮੰਨਿਆ, ਉਹਨੂੰ ਕਹਿੰਦੇ ਪੰਚ। ਅੱਜ ਤੋਂ ਲਿਖ ਲਿਓ ਆਪਣੀ ਸੁੱਧ ਦੇ ਕਾਗਜ਼ ਤੇ, ਅੱਗੇ ਤੋਂ ਕੋਈ ਪੁੱਛੇ ਪੰਚ ਪ੍ਰਮਾਣ, ਪੰਚ ਪ੍ਰਧਾਨ ਦਾ ਮਤਲਬ ਕੀ ਆ ਤੇ ਕਿਉਂ? ਜਿਹਨਾਂ ਗਾਇਆ ਤੇ ਮੰਨਿਆ ਉਹ ਪੰਚ ਨੇ। ਪੰਚ ਪ੍ਰਮਾਣ, ਪੰਚ ਪ੍ਰਧਾਨ, ਪੰਚੇ ਪਾਵੇ ਦਰਗੇ, ਪੰਚੇ ਸੋਹੇ, ਉਹ ਨੇ ਪੰਚ। ਤੇ ਜਦੋਂ ਅਸੀਂ ਟਾਈਮ ਹੋ ਗਿਆ, ਆਖੋ ਵਾਹਿਗੁਰੂ। ਅਮੁੱਲ ਭਾਏ, ਅਮੁੱਲਾ ਸਮਾਏ, ਜਿਹੜੇ ਤੇਰੇ ਘਰ ਆਉਂਦੇ ਆਉਂਦੇ ਤੇਰੇ ਵਿੱਚ ਨਦੀ ਸਮੁੰਦਰ ਤੇ ਧਨ ਹੈ ਹੀ ਹਾਜ਼ਰੋ। ਜਿਹੜੇ ਸਮੁੰਦਰ ਨੇ ਉਹ ਤੇ ਵਿਸ਼ਾਲ ਨੇ, ਬੜੇ ਹੀਰੇ ਨੇ, ਜਵਾਹਰਾਤ ਨੇ ਸਮੁੰਦਰ ਵਿੱਚ, ਬੜਾ ਕੁਛ ਆ, ਗ੍ਰਹਾਂ ਸੇਤੀ ਮਾਲ ਧਨ ਬੜਾ ਭਰੇ ਪੈਣੇ ਭੰਡਾਰਾਂ ਦੇ ਨਾਲ, ਮਗਰ ਜਿਹੜੀ ਨਦੀ ਵਿੱਚ ਆਣ ਕੇ ਸਮਾ ਗਈ ਉਹਦਾ ਵੀ ਕੋਈ ਮੁੱਲ ਨਹੀਂ ਪਤਾ ਲੱਗਾ। ਨਦੀ ਸਮੁੰਦਰ ਦੇ ਵਿੱਚ ਸਦਾ ਲਈ ਅਮਰ ਹੋ ਗਈ, ਉਹਦਾ ਵੀ ਕੋਈ। ਪ੍ਰੀਤੀ ਕੀਤੀ ਸੀ ਨਾ ਤਾਂ ਪਹਾੜਾਂ ਤੋਂ ਭੱਜੀ ਸੀ,
ਨਹੀਂ ਪਤਾ ਲੱਗਾ। ਪਹਾੜਾਂ ਤੋਂ ਸਰਪੱਟ ਭੱਜੀ, ਰਸਤੇ ਵਿੱਚ ਪੱਥਰ ਆਇਆ, ਪੱਥਰ ਨੂੰ ਇੱਧਰੋਂ ਉੱਧਰੋਂ ਕਰਕੇ ਰਾਹ ਲੱਭ ਕੇ ਆਂਦੀ, ਮੈਂ ਤੇ ਕਿਤੇ ਜਾਣਾ ਹੈ, ਮੈਨੂੰ ਰੋਕਦੀ ਕਿਉਂ ਹੈ? ਤੇ ਕਿਸੇ ਨੇ ਪੁੱਛਿਆ ਕਿਉਂ ਕਿੱਥੇ ਜਾਣਾ ਹੈ, ਕਹਿੰਦੀ ਆਪਣੇ ਪ੍ਰੀਤਮ ਕੋਲ ਜਾਣਾ ਹੈ, ਮੈਂ ਸਮੁੰਦਰ ਚੋਂ ਨਿਕਲੀ ਹਾਂ, ਮੈਂ ਸਮੁੰਦਰ ਵਿੱਚ ਭੇਜ ਹੋਣਾ ਹੈ। ਸਿੱਖਾ ਤੂੰ ਦੌੜਿਆ ਕਰ ਗੁਰਦੁਆਰੇ, ਮੈਂ ਸ਼ਬਦ ਵਿੱਚੋਂ ਨਿਕਲਿਆ, ਮੈਂ ਸ਼ਬਦ ਵਿੱਚ ਭੇਦ ਹੋਣਾ ਹੈ। ਆਖਿਆ ਕਰ ਇਤਨਾ ਭੱਜਿਆ ਕਰ ਜਿਤਨਾ ਨਦੀ ਭੱਜਦੀ, ਅਮਰ ਹੋ ਜਾਂਦੀ ਜਿੱਦਣ ਜਾਂਦੀ। ਜਿਹੜਾ ਸਿੱਖ ਵੀ ਆਣ ਕੇ ਸ਼ਬਦ ਵਿੱਚ ਸਮਾ ਜਾਂਦਾ ਅਮਰ ਹੋ ਜਾਂਦਾ। ਇੱਥੇ ਲਿਖਿਆ ਅਮੁੱਲ ਪਾਏ ਅਮੁੱਲਾ ਸਮਾਏ, ਉਹ ਵੀ ਮੁੱਲ ਨੇ ਜਿਹੜੇ ਤੇਰੇ ਵਿੱਚ ਸਮਾ ਜਾਂਦੇ, ਸਮਾਉਂਦੇ ਰਹੇ ਬਾਬਾ ਅਤਰ ਸਿੰਘ ਸਾਹਿਬ ਵਰਗੇ ਅੱਖ ਵਾਹਿਗੁਰੂ। ਬੜੀਆਂ ਬੜੀਆਂ ਗੁਰਮੁਖ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਗੁਰਮੁਖ ਪਿਆਰੇ ਵਿੱਚ ਹੀ ਸਮਾ ਗਏ ਇਹਦੇ ਵਿੱਚ। ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ ਮਹਾਂਪੁਰਸ਼, ਆ ਜਿਹੜੀ ਤੁਹਾਡੀ ਲਿਸਟ ਬਣੀ ਹੈ ਨਾ ਭਾਈ ਜੀ, ਇਹਨਾਂ ਦੇ ਵਿੱਚੋਂ ਤਾਂ ਨਹੀਂ, ਆਵਾਜ਼ ਨਹੀਂ ਆਉਂਦੀ ਵੀ ਸਮਾਏ ਨੇ। ਜਿਹੜਾ ਸਮਾਇਆ ਹੋਊਗਾ ਉਹਦੇ ਡੇਰੇ ਨਹੀਂ ਹੁੰਦੇ, ਇੱਕ ਗੱਲ ਨੋਟ ਕਰ ਲਿਓ। ਕੀ ਜੀ? ਉਹਦੇ ਸਮਾਏ ਦੀ ਨਾ ਹੀ ਨਿਸ਼ਾਨੀ ਨਹੀਂ ਰਹਿੰਦੀ ਡੇਰਾ ਕਦਾ ਕਿਤੇ। ਤੇ ਮਗਰ ਇੱਛਾ ਹੁੰਦੀ ਹੈ ਵੀ ਮੇਰੀ ਮਗਰੋਂ ਪੂਜਾ ਹੋਵੇ, ਮੇਰਾ ਮਗਰੋਂ ਨਾਮ ਚੱਲੇ, ਤਾਂ ਹੀ ਜੋ ਸੁਰਤ ਆ ਉਹ ਜੰਮ ਪੈਂਦੀ ਇੱਥੇ। ਫਿਰ ਉਹਦੇ ਮੇਲੇ ਲੱਗਦੇ, ਫਿਰ ਉਹਦੇ ਪਿੱਛੇ ਸੰਪਰਦਾਵਾਂ ਚੱਲਦੀਆਂ, ਇੱਕ ਮੁੰਡੇ ਦੀ ਜਗ੍ਹਾ ਦੋ ਮੁੰਡੇ, ਦੋ ਮੁੰਡਿਆਂ ਦੀ ਚਾਰ ਜਗ੍ਹਾ, ਚਾਰ ਡੇਰੇ, ਚਾਰ ਤੋਂ ਅੱਠ ਬਣ ਗਏ। ਆ ਤੁਹਾਡੇ ਸਾਹਮਣੇ ਸਭ ਕੁਛ ਹੈਗਾ ਕਿ ਨਹੀਂ, ਬੋਲੋ ਨਾ ਗੁਰੂ ਜੀ। ਜਿਹੜਾ ਭੇਦ ਹੋਇਆ ਬਾਬਾ ਸੁੰਦਰ ਸਿੰਘ ਅਲੀ ਬੇਗ ਵਾਲਾ, ਦੱਸੋ ਕੋਈ ਉਹਦਾ ਡੇਰਾ, ਦੱਸੋ ਕੋਈ ਡੇਰਾ ਬਣਿਆ ਹੋਵੇ, ਪਖੰਡ ਹੁੰਦਾ ਹੋਵੇ ਧਾਗੇ ਦਿੱਤੇ ਹੋਣ। ਅਮੁੱਲ ਧਰਮ, ਧਰਮ ਹੁੰਦਾ ਕਾਨੂੰਨ, ਤੇਰੇ ਕਾਨੂੰਨ ਵੀ ਜਿਹੜੇ ਨੇ ਉਹਨਾਂ ਦਾ ਕੋਈ ਮੁੱਲ ਨਹੀਂ। ਹੁਣ ਤੇ ਕਾਨੂੰਨਾਂ ਦਾ ਵੀ ਮੁੱਲ ਪੈ ਜਾਂਦਾ ਨਾ, ਅੱਖ ਵਾਹਿਗੁਰੂ, ਕਦੀ ਬਣਾ ਤੇ ਤੇ ਕਦੀ ਵਾਪਸ ਲੈ ਲਏ, ਪ੍ਰੈਸ਼ਰ ਪਿਆ ਤੇ ਵਾਪਸ ਹੋ ਗਏ। ਰੱਬ ਤੇ ਪਾਓ ਪ੍ਰੈਸ਼ਰ, ਸੂਰਜ ਨੂੰ ਆਖ ਈਸਟ ਤੋਂ ਨਹੀਂ ਵੈਸਟ ਤੋਂ ਚੜ, ਪਾਓ ਪ੍ਰੈਸ਼ਰ। ਨਹੀਂ ਪਤਾ ਲੱਗਾ ਪੁੱਤ ਧੀਓ ਮਾਰੋ ਚੌਂਕੜਾ ਇੱਕ ਮਿੰਟ ਲਈ, ਤੁਸੀਂ ਮੈਨੂੰ ਦੱਸੋ ਸਿਰ ਲਾ ਕੇ ਤੁਹਾਨੂੰ ਪਤਾ ਲੱਗਾ? ਰੱਬ ਤੇ ਪ੍ਰੈਸ਼ਰ ਪਾਓ ਵੀ ਤੂੰ ਇੱਕ ਕਾਨੂੰਨ ਬਣਾਇਆ ਵੀ ਈਸਟ ਤੋਂ ਸੂਰਜ ਨੇ ਚੜ੍ਹਨਾ ਹੈ, ਇਹਨੂੰ ਕਹੋ ਨੌਰਥ ਵੈਸਟ ਅਤੇ ਦੱਖਣ ਸਾਊਥ ਤੋਂ ਕਿਤੇ ਇੱਕ ਦਿਨ ਚੜ੍ਹਾ ਦੇ ਰੱਬਾ, ਅਸੀਂ ਪ੍ਰੈਸ਼ਰ ਤੇਰੇ 'ਤੇ ਪਾਉਂਦੇ ਹਾਂ, ਸਾਰੀ ਦੁਨੀਆ ਇਕੱਠੀ ਹੋ ਕੇ ਤੇਰੇ ਬੂਹੇ ਕੇ ਮਜ਼ਾਰਾ ਕਰਦੇ ਹਾਂ ਵੀ ਇਹ ਕਰਦੇ ਹੋਜੂ। ਕਾਨੂੰਨ ਵੀ ਤੇਰੇ ਅਮੁੱਲ ਨੇ, ਇਹਨਾਂ ਦਾ ਕੋਈ ਮੁੱਲ ਨਹੀਂ, ਕਿਉਂਕਿ ਬਣਾਉਣ ਲੱਗਿਆ ਤੂੰ ਪਾਰਸ਼ਲਿਟੀ ਨਹੀਂ ਕੀਤੀ। ਆਖੋ ਵਾਹਿਗੁਰੂ, ਇੱਕ ਦੂਸਰੇ ਦੇ ਨਾਲ ਵਿਤਕਰਾ ਨਹੀਂ ਕੀਤਾ ਤੂੰ, ਤੂੰ ਸਾਰਿਆਂ ਦਾ ਸਾਂਝਾ ਹੈ ਅਤੇ ਕਾਨੂੰਨ ਵੀ ਤੇਰੇ ਸਾਰੀ ਦੁਨੀਆ ਲਈ ਸਾਂਝੇ ਨੇ। ਆਖੋ ਵਾਹਿਗੁਰੂ, ਅਮੁੱਲ ਧਰਮ, ਧਰਮ ਨੇ ਕਾਨੂੰਨ, ਇੱਕ ਵਾਰ ਬੋਲੋ ਧਰਮ ਨੇ। ਅੱਜ ਤੋਂ ਬਾਅਦ ਧਰਮ ਨੂੰ ਹੋਊਗਾ ਨਾ ਸਮਝਣਾ, ਧਰਮ ਨੇ ਕਾਨੂੰਨ ਨਿਯਮ, ਜਿਹੜੇ ਰੱਬ ਦੇ ਨਿਯਮ ਆ ਵੀ ਸੂਰਜ ਇਸ ਤੋਂ ਚੜ੍ਹਨਾ ਹੈ, ਇਹ ਨਿਯਮ ਹੈ। ਪਾਣੀ ਦਾ ਨੀਵੇਂ ਨੂੰ ਹੀ ਜਾਣਾ ਹੈ, ਇਹ ਨਿਯਮ ਹੈ। ਅੱਗ ਦਾ ਉੱਪਰ ਨੂੰ ਹੀ ਜਾਣਾ ਹੈ, ਇਹ ਨਿਯਮ ਹੈ। ਅੱਗ ਕਦੀ ਥੱਲੇ ਨੂੰ ਕੀ ਬੋਲੋ ਗੁਰੂ ਕੇ ਸਿੱਖੋ, ਇਹ ਰੱਬ ਦੇ ਬਣਾਏ ਨਿਯਮ ਨੇ। ਅਮੁੱਲ ਧਰਮ, ਅਮੁੱਲ ਦੀਵਾਨ, ਤੇਰੇ ਕਾਨੂੰਨ ਵੀ ਅਮੁੱਲ ਨੇ ਅਤੇ ਤੇਰਾ ਦਰਬਾਰ ਦੀਵਾਨ ਜਿਹੜਾ ਤੇਰਾ ਤਖਤ ਆ ਜਿੱਥੇ ਬਹਿ ਕੇ ਤੂੰ ਨਿਆਂ ਕਰ ਰਿਹਾ ਉਹ ਵੀ ਇੱਕ ਅਮੁੱਲ ਆ। ਇੱਥੇ ਤਾਂ ਭਾਈ ਜੀ ਤੁਹਾਡੇ ਸਾਹਮਣੇ ਹੀ ਆ ਸਭ ਕੁਛ, ਬਹੁਤਾ ਸਮਾਂ ਬਰਬਾਦ ਨਹੀਂ ਕਰਦਾ। ਅਮੁੱਲ ਤੁਲ, ਤੁਲ ਮਨੇ ਤੱਕੜੀ, ਜਿਹੜੀ ਤੱਕੜੀ ਤੇਰੀ ਤੋਲਦੀ ਆ। ਅੱਖ ਵਾਹਿਗੁਰੂ, ਬੜਿਆਂ ਨੇ ਤੱਕੜੀਆਂ ਤੋਲੀਆਂ, ਸੁਲਤਾਨਪੁਰ ਵਾਲੇ ਵੱਟੇ ਕਿਉਂ ਅੱਜ ਤੱਕ ਰੱਖੇ ਨੇ ਜਿਨ੍ਹਾਂ ਨੂੰ ਲੋਕ ਮੱਥੇ ਟੇਕਦੇ? ਇੱਕ ਵਾਰ ਹਾਜ਼ਰ ਹੋ ਕੇ ਬੋਲੋ, ਕੀ ਕਿਹਾ ਦਾਸ ਨੇ ਭਲਾ? ਤੱਕੜੀਆਂ ਤਾਂ ਸੰਸਾਰ 'ਚ ਬਹੁਤ ਹੋਈਆਂ ਹੋਣਗੀਆਂ,
ਸੰਸਾਰਪੁਰ ਸੁਲਤਾਨਪੁਰ ਵਾਲੀ ਤੱਕੜੀ ਦੇ ਵੱਟੇ ਅਜੇ ਵੀ ਕਿਉਂ ਲੋਕੀ ਮੱਥੇ ਨੂੰ ਲਾ ਕੇ ਲਾਉਂਦੇ, ਮੱਥਾ ਟੇਕਦੇ? ਕਿਉਂ? ਉਹਨਾਂ ਨੇ ਤੋਲਿਆ ਪੂਰਾ। ਹੇ ਵਾਹਿਗੁਰੂ ਜੀ, ਤੇਰੀ ਤੱਕੜੀ ਜਿਹੜੀ ਆ ਅਮੁੱਲਿਆ, ਅਤੇ ਤੋਲ ਕੇ ਜਿਹੜਾ ਤੂੰ ਉਹਦਾ ਰਿਜ਼ਲਟ ਕਰਦਾ ਵੀ ਇੰਨੇ ਮਾਣਿਆ ਇੰਨੇ ਮਾਣਾ, ਇਹ ਵੀ ਅਮੁੱਲਿਆ। ਅਮੁੱਲ ਪ੍ਰਵਾਨ ਜਿਹੜਾ ਵਿੱਚੋਂ ਨਿਕਲਦਾ ਇਹ ਵੱਟਾ, ਉਹ ਵੀ ਇੱਕ ਅਮੁੱਲ ਹੈ। ਅੱਗੇ ਸਤਿਗੁਰੂ ਪਾਤਸ਼ਾਹ ਕਹਿੰਦੇ ਅਮੁੱਲ ਬਖਸ਼ੀਸ਼ ਤੇਰੀਆਂ ਦਾਤਾਂ ਦਾ ਰੱਬ ਨੇ, ਜਿਸ ਮਾਂ ਦੇ ਕੋਲ ਪੁੱਤਰ ਨਹੀਂ। ਆਖੋ ਵਾਹਿਗੁਰੂ, ਉੱਚੀ ਬੋਲੋ। ਜਿਸ ਮਾਂ ਕੋਲ ਉਹਨੂੰ ਰੱਬ ਨੇ ਪੁੱਤ ਬਖਸ਼ਿਆ, ਉਹਦਾ ਕੋਈ ਮੁੱਲ ਪਾ ਦੋਗੇ? ਉਸ ਮਾਂ ਨੂੰ ਪੁੱਛੋ, ਉਸ ਮਾਂ ਨੂੰ ਪੁੱਛੋ ਜਿਹਦੇ ਘਰ 14 ਸਾਲ ਔਲਾਦ ਨਹੀਂ ਹੋਈ ਅਤੇ ਰੱਬ ਨੇ ਤੁੱਟ ਕੇ ਉਹਨੂੰ ਪੁੱਤ ਦੇ ਦਿੱਤਾ। ਆਖੋ ਵਾਹਿਗੁਰੂ, ਪਾ ਦਿਓ ਕਿ ਕੋਈ ਮੁੱਲ ਉਹਦਾ ਜਿਹੜੀ ਦਾਤ ਦਿੱਤੀ ਹੈ। ਅਮੁੱਲ ਬਖਸ਼ੀਸ਼, ਬਖਸ਼ੀਸ਼ ਮੈਨੇ ਬਖਸ਼ਿਸ਼, ਜਿਹੜੀ ਤੇਰੀ ਬਖਸ਼ਿਸ਼ ਹੈ ਇਹਦਾ ਵੀ ਕੋਈ ਮੁੱਲ ਨਹੀਂ। ਅਮੁੱਲ ਨਿਸ਼ਾਨ, ਜਿਹੜੀ ਤੇਰੀ ਨਿਸ਼ਾਨੀ ਆ ਪ੍ਰਵਾਨਗੀ ਦੀ ਜਿਹੜੀ ਤੂੰ ਦਿੱਤੀ ਆ, ਉਹਦਾ ਵੀ ਕੋਈ ਨਿਸ਼ਾਨਾ ਦੀ ਜਿਹੜਾ ਤੂੰ ਬਖਸ਼ਾਂ ਕੀਤੀਆਂ ਅਤੇ ਜਿਹੜੀ ਉਹਦੀ ਨਿਸ਼ਾਨੀ ਪੁੱਤ ਆ ਧੀ ਆ, ਇਹ ਬਖਸ਼ਾਂ ਦੀ ਨਿਸ਼ਾਨੀ ਆ। ਗਾਵੇ ਕੋ ਦਾਤ ਜਾਣੇ, ਗਾਵੇ ਕੋ ਗੁਣ ਵਡਿਆਈਆਂ ਚਾਰ, ਇਹਨਾਂ ਜਿਹੜੀਆਂ ਨਿਸ਼ਾਨੀਆਂ ਇਹਨਾਂ ਦਾ ਵੀ ਕੋਈ ਹਾਜ਼ਰ ਜੇ ਗੁਰੂ ਕੇ ਸਿੱਖੋ। ਅਗਲੀ ਦਾਤ ਵਿੱਚ ਅਮੁੱਲ ਕਰਮ, ਕਰਮਣ ਹੁੰਦਾ ਰਹਿਮਤ, ਨੋਟ ਕਰ ਲਿਓ। ਕਰਮ ਇੱਕ ਹੁੰਦਾ ਕਰਮ, ਜਿਹੜੇ ਕਰਮ ਆਪਾਂ ਕਰਦੇ ਹਾਂ, ਇੱਥੇ ਕਰਮ ਦਾ ਮਤਲਬ ਆ ਜਿਹੜੀਆਂ ਤੇਰੀਆਂ ਬਖਸ਼ਾਂ ਨੇ। ਅਮੁੱਲ ਫੁਰਮਾਨ, ਅਤੇ ਤੇਰਾ ਜਿਹੜਾ ਫੁਰਮਾਨ ਹੋ ਕੇ ਗਰੀਬ ਦੇ ਘਰ ਵਿੱਚ ਨੱਕੋ ਨੱਕ ਭਰ ਦਿੰਦਾ, ਜਿਹਦੇ ਘਰ 'ਚ ਕੱਲ੍ਹ ਰੋਟੀ ਨਹੀਂ ਸੀ ਉਹਨੂੰ ਸ਼ਹਿਨਸ਼ਾਹ ਬਣਾ ਦਿੰਦਾ, ਭਿਖਾਰੀ 'ਤੇ ਰਾਜ ਕਰਾਵੇ, ਭਿਖਾਰੀਆਂ ਨੂੰ ਰਾਜੇ ਬਣਾ ਕੇ ਰੱਖ ਦਿੰਦਾ, ਉਹ ਜਿਹੜੀ ਤੇਰੀ ਨਜ਼ਰ ਪਈ ਆ, ਜਿਹੜਾ ਫੁਰਮਾਨ ਹੋਇਆ ਵੀ ਇਹਨੂੰ ਭਿਖਾਰੀ ਨੂੰ ਰਾਜਾ ਬਣਾ ਦਿਓ। ਆਖੋ ਵਾਹਿਗੁਰੂ, ਉਸ ਗੱਲ ਦਾ ਵੀ ਕੋਈ ਮੁੱਲ ਹੈ? ਹਾਜ਼ਰ ਹੋ ਜੀ। ਅਮੁੱਲ ਕਰਮ, ਅਮੁੱਲ ਫੁਰਮਾਨ, ਅਮੁੱਲੀ ਤੇਰੀ ਬਖਸ਼ਿਸ਼ ਹੈ ਅਤੇ ਅਮੁੱਲੀ ਤੇਰਾ ਫੁਰਮਾਨ ਆ, ਜਿਹਦੇ ਨਾਲ ਅਮੁੱਲੋ ਅਮੁੱਲ, ਮੁੱਲ ਤੋਂ ਵੀ ਪਰੇ ਆਓ, ਮੁੱਲ ਤੋਂ ਪਰੇ। ਆਖਿਆ ਨਾ ਜਾਏ, ਉਹਦੇ ਬਾਰੇ ਕੁਛ ਬਿਆਨ ਨਹੀਂ ਕੀਤਾ ਜਾ ਸਕਦਾ। ਆਖ ਆਖ ਇੰਨਾ ਕੁ ਤੇਰਾ, ਇਹ ਨਹੀਂ ਵੀ ਆਖਣਾ ਨਹੀਂ। ਉੱਥੇ ਰਿਜ਼ਲਟ ਕੀ ਨਿਕਲਿਆ? ਮਨਦੀਪ ਸਿੰਘ ਸੁਚੇਤ ਹੋ ਜਾ, ਇੱਕ ਮਿੰਟ ਰਹਿ ਗਿਆ ਭਾਈ, ਟਾਈਮ ਤਾਂ ਹੋ ਗਿਆ ਪਰ ਵਿਸ਼ਾ ਪੂਰਾ ਕਰਨਾ, ਦੋ ਤੁਕਾਂ ਰਹਿ ਗਈਆਂ। ਆਖੋ ਵਾਹਿਗੁਰੂ, ਜਿਨ੍ਹਾਂ ਨੇ ਤੈਨੂੰ ਗਾਇਆ ਮੁੱਲ ਤਾਂ ਨਹੀਂ ਪਾ ਸਕਦੇ, ਕਿਉਂਕਿ ਉਹ ਚੀਜ਼ ਹੀ ਅਮੁੱਲ ਆ, ਉਹਦਾ ਤਾਂ ਮੁੱਲ ਹੈ ਕੋਈ ਨਹੀਂ, ਮੁੱਲ ਕਿਤਨਾ ਪਾਲਣ। ਹਾਂ, ਤੈਨੂੰ ਆਖਦੇ ਆਖਦੇ ਲਿਵ ਜੁੜ ਗਈ ਉਹਨਾਂ ਦੀ, ਆਖ ਆਖ ਰਹੇ ਲਿਵ, ਲਿਵ ਜੁੜ ਗਈ, ਲੀਨ ਹੋ ਗਿਆ ਤੇਰੇ ਵਿੱਚ। ਵੱਡਾ ਹੈ, ਵੱਡਾ ਹੈ, ਵੱਡਾ ਹੈ, ਵੱਡਾ ਹੈ, ਵੱਡਾ ਹੈ। ਸੱਚਮੁੱਚੀ ਜਿਨ੍ਹਾਂ ਨੂੰ ਬਹੁਤਾ ਬਹੁਤਾ ਕਿਹਾ ਆਪ ਵੀ ਬਹੁਤੇ ਹੀ ਹੋ ਗਏ, ਜਿਨ੍ਹਾਂ ਨੇ ਉਹਨੂੰ ਸੋਹਣਾ ਸੋਹਣਾ ਕਿਹਾ ਉਹ ਆਪ ਵੀ ਸੋਹਣੇ ਹੋ ਗਏ, ਹੋਏ ਜੇ ਕਬੀਰ ਵਰਗੇ। ਅੱਖ ਵਾਹਿਗੁਰੂ। ਆਖੇ ਵੇਦ ਪਾਠ ਪੁਰਾਣ, ਬੇਅੰਤ ਵੇਦ ਅਤੇ ਪਾਠ ਕਰਨ ਵਾਲੇ ਤੇਰਾ ਵਖਿਆਣ ਕਰਦੇ ਨੇ। ਅੱਗੇ ਜਾ ਕੇ ਸਾਹਿਬ ਕਹਿੰਦੇ ਆਖੇ ਆਖਦੇ ਨੇ, ਪੜ੍ਹੇ ਪੜ੍ਹਦੇ ਨੇ, ਭਾਸ਼ਣ ਕਰਦੇ ਅਤੇ ਕਰੇ ਵਖਿਆਣ। ਆ ਮੇਰੇ ਵਾਲੀ ਜਗ੍ਹਾ 'ਤੇ ਬਹਿ ਕੇ, ਮੈਨੂੰ ਤਾਂ ਆਉਂਦਾ ਕੱਖ ਨਹੀਂ, ਬੜੇ ਬੜੇ ਚੰਗੇ ਵਿਦਵਾਨ ਇੱਥੇ ਬਹਿ ਕੇ ਵਖਿਆਨ ਕਰਦੇ। ਪਤਾ ਲੱਗ ਗਿਆ ਇਹ ਤੇਰੇ ਬਾਰੇ ਜਿਹੜੇ ਕਰਦੇ। ਅੱਖ ਵਾਹਿਗੁਰੂ। ਅੱਗੇ ਮੇਰੇ ਸਾਹਿਬ ਕਹਿੰਦੇ ਆਖੇ ਬ੍ਰਹਮੇ, ਛੋਟਿਆਂ ਛੋਟਿਆਂ ਨਹੀਂ ਆਖਿਆ, ਚਾਰ ਵੇਦ ਕਹੇ ਨੇ। ਕਿੰਨੇ? ਥੱਕ ਗਏ ਲੱਗਦੇ ਆ, ਮੈਂ ਥੱਕ ਗਏ ਹੁਣ। ਪਤਾ ਨਹੀਂ ਉਹ ਚਿਮਟੇ ਵਾਲਿਆਂ ਨੂੰ ਢਾਈ ਢਾਈ ਘੰਟੇ ਕਿਸ ਤਰ੍ਹਾਂ ਸੁਣਦੇ ਰਹਿੰਦੇ, ਕਿਉਂਕਿ ਤੁਹਾਡੇ ਮਤਲਬ ਦੀਆਂ ਗੱਲਾਂ ਨੇ ਨਾ,
ਫਰਾਣੀ ਮਾਈ ਦੇ ਘਰ ਪੁੱਤ ਨਹੀਂ ਸੀ ਹੁੰਦਾ, ਜਿਹੜੀ ਇੱਕ ਸਵਾ ਦੀ ਕੁੜੀ ਦਿੱਤੀ ਮਾਈ ਦੇ ਘਰ ਪੁੱਤਰ ਹੋ। ਬੁੱਲੇ ਬੁੱਲੇ ਮਾਈਆਂ ਵਾਹਿਗੁਰੂ ਵਾਹਿਗੁਰੂ। ਇਹ ਤੇ ਭਾਈ ਜੀ ਸੂਈ ਚ ਧਾਗਾ ਪਾਉਣ ਦੀ ਕਥਾ ਹੈ। ਅੱਖ ਵਾਹਿਗੁਰੂ। ਇਹ ਤੇ ਸੋਨੇ ਕੀ ਸੂਈ, ਇੱਥੇ ਤੇ ਚਿੱਤ ਜੋੜਨਾ ਪੈਣਾ ਹੈ ਤੇ ਬੋਰ ਵੀ ਇੱਥੇ ਹੀ ਹੁੰਦੇ। ਇੱਥੇ ਖਾਸ ਕਰਕੇ ਤੁਸੀਂ ਵੇਖਿਓ ਮਸਕੀਨ ਸਾਹਿਬ ਦੀ ਜਦੋਂ ਕਥਾ ਹੁੰਦੀ ਸੀ, ਬਹੁਤੇ ਲੋਕੀ ਕਹਿੰਦੇ ਖਾਲਸਾ ਜੀ ਸਾਨੂੰ ਪਤਾ ਨਹੀਂ ਲੱਗਦਾ ਨੀਂਦ ਆ ਜਾਂਦੀ। ਭਾਈ ਜੀ ਤੁਸੀਂ ਉਸ ਲੈਵਲ ਦੇ ਨਹੀਂ ਹੋਏ ਤਾਂ ਨੀਂਦ ਆਉਂਦੀ। ਬਾਬੇ ਤੁਹਾਡੇ ਲੈਵਲ ਦੇ ਨੇ, ਉਹਨਾਂ ਦੇ ਚਿਮਟਿਆਂ ਦੀਆਂ ਧੁਨੀਆਂ ਵਿੱਚ ਤੁਸੀਂ ਡੁੱਬ ਜਾਂਦੇ ਹੋ ਤਾਂ ਤੁਸੀਂ ਖਿੜੇ ਰਹਿੰਦੇ ਹੋ। ਬੱਲੇ 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 ਫਲਾਣਾ ਬਾਬਾ ਆਇਆ, ਟਿੰਗੜਾ ਆਇਆ, ਇੰਨੀ ਸੰਗਤ ਹੈ। ਸੰਗਤ 'ਤੇ ਆਊਗੀ, ਕਿਸੇ ਨੂੰ ਨਹੀਂ ਕਹਿਣਾ ਤੂੰ ਸ਼ਰਾਬ ਛੱਡ, ਅੱਖ ਵਾਹਿਗੁਰੂ। ਕਿਸੇ ਨੂੰ ਕਹਿਣਾ ਤੂੰ ਦਾੜਾ ਨਾ ਕਾਲਾ ਕਰ, ਦਾੜਾ ਕੱਟ ਨਾ। ਕਿਸੇ ਨੂੰ ਕਹਿਣਾ ਤੂੰ ਕਿਸੇ ਦਾ ਹੱਕ ਨਾ ਖਾ। ਆਪੇ ਹੀ ਆਉਣੀਆਂ ਭੀੜਾਂ ਇਕੱਠੀਆਂ ਹੋਣੀਆਂ। ਬਾਬਾ ਮਾਰਦਾ ਚਪੇੜਾ, ਹੱਕ ਪਰਾਇਆ ਨਾਨਕਾ ਉਸ ਸੂਰ ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ। ਬ੍ਰਹਮਾ ਨੇ ਵੀ ਆਖਿਆ ਛੋਟਿਆਂ ਮੋਟਿਆਂ ਵਿਦਵਾਨਾਂ ਦੀ ਨੀ, ਚਾਰ ਵੇਦ ਲਿਖੇ ਕਿੰਨੇ ਉਹਦੀ ਉਸਤਤ ਲਈ। ਆਖੇ ਇੰਦਰ ਨੇ ਵੀ ਬੜਾ ਕੁਝ ਤੇਰੇ ਲਿਖਿਆ। ਆਖੇ ਗੋਪੀ ਤੈ ਗੋਬਿੰਦ, ਗੋਪੀਆਂ ਤੇ ਕ੍ਰਿਸ਼ਨ ਵੀ ਤੇਰਾ ਜ਼ਿਕਰ ਕਰਦੇ ਰਹੇ ਨੇ ਗੀਤਾ ਦੇ ਵਿੱਚ। ਆਖੋ ਵਾਹਿਗੁਰੂ। ਆਖੇ ਈਸ਼ਰ, ਆਖੇ ਸਿੱਧ, ਸਿੱਧੀਆਂ ਵਾਲੇ ਵੀ ਤੈਨੂੰ, ਸ਼ਿਵਜੀ ਵੀ ਤੈਨੂੰ ਗਾਉਂਦਾ ਰਿਹਾ ਹੈ। ਮਗਰ ਆਖੇ ਕੀਤੇ ਕੀਤੇ ਬੁੱਧ, ਜਿਹਨੂੰ ਬੁੱਧ ਕਹਿੰਦੇ, ਸੁਣਿਆ ਜੇ ਨਾ, ਸੁਣਿਆ ਜੇ ਕਿ ਨਹੀਂ, ਬਹੁਤਿਆਂ ਤੋਂ ਸੁਣਿਆ ਨਹੀਂ ਹੋਣਾ। ਬੁੱਧ ਉਹ ਵੀ ਇੱਕ ਬੜੇ ਮਹਾਤਮਾ ਹੋਏ ਆ, ਬੜਾ ਉਹਨਾਂ ਦਾ ਵੀ ਏਸ਼ੀਆ ਸਾਰਾ ਭਗਤਿਆ ਉਹਨਾਂ ਦਾ। ਆਖੋ ਵਾਹਿਗੁਰੂ। ਇੰਨੇ ਕੀਤੇ ਬੁੱਧ, ਉਹਨਾਂ ਨੇ ਵੀ ਬਹੁਤ ਕਿਹਾ ਮਗਰ ਤੇਰੇ ਲਈ ਕਹਿ ਨਹੀਂ ਸਕੇ ਤੈਨੂੰ। ਆਖੇ ਦਾਨਵ, ਦੈਂਤ ਵੀ ਤੈਨੂੰ, ਦਾਨਵ ਕਹਿੰਦੇ ਦੈਂਤ ਨੂੰ, ਰਾਕਸ਼ਸ ਨੂੰ। ਇਹ ਨਹੀਂ ਵੀ ਉਹ ਜਪਦੇ ਨਹੀਂ ਗੇ, ਉਹ ਵੀ ਜਪਦੇ, ਤੈਨੂੰ ਹੀ ਜਪਦੇ ਨੇ। ਆਖੇ ਦੇਵ, ਦੇਵਤੇ ਵੀ ਤੈਨੂੰ ਜਪਦੇ ਨੇ। ਆਖੇ ਸੁਰ ਨਰ ਮੁਨ ਜਨ ਸੇਵ, ਕਿੰਨੇ ਮੁਨੀ ਨੇ ਜਿਹੜੇ ਚੁੱਪ ਕਰਕੇ ਬੈਠੇ ਮਗਰ ਧਿਆ ਤੇ ਤੈਨੂੰ ਰਹੇ ਆ ਨਾ। ਦੇਵੀ ਦੇਵਤੇ ਪੀਰ ਪਕੰਬਰ ਸਭ ਤੈਨੂੰ ਧਿਆਉਂਦੇ ਨੇ। ਕਿਤੇ ਆਖੇ ਆਖਣ ਪਾਏ, ਕਿਤੇ ਕਹਿ ਕਹਿ ਗਏ, ਕਹਿੰਦੇ 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 ਕਹਿੰਦੇ, ਆਖੇ ਆਖਣ ਪਾਏ, ਆਂਦੇ ਨੇ ਤੇਰੇ ਬਾਰੇ ਬੜਾ ਕੁਝ। ਕਿਤੇ ਕਹਿ ਕਹਿ, ਉੱਚੀ ਬੋਲੋ, ਕਿੰਨੇ ਕਹਿ ਕਹਿ ਕੇ ਇੱਥੋਂ ਚਲੇ ਗਏ ਨੇ। ਮਸਕੀਨ ਸਾਹਿਬ ਤੁਹਾਡੇ ਸਾਹਮਣੇ ਚਲੇ ਗਿਆ, ਅਸੀਂ ਵੀ ਜਾਣ ਹੀ ਵਾਲੇ ਹਾਂ। ਆਖੋ ਵਾਹਿਗੁਰੂ। ਬਥੇਰੇ ਬੈਠੇ ਜਿਹੜੇ ਪਹਿਲੋਂ ਗਿਆਨੀ ਮਾਨ ਸਿੰਘ ਤੁਹਾਡੇ ਜ਼ਿਲ੍ਹੇ ਦਾ ਹੀਰਾ ਕਹਿ ਕੇ ਗਿਆ, ਸਾਰੀ ਕੁਰਾਨ ਜ਼ਬਾਨੀ ਯਾਦ, ਗੀਤਾ ਯਾਦ, ਰਮਾਇਣ ਯਾਦ, ਜਿਹੜੇ ਜਿਹੜੇ ਧਰਮਾਂ ਦੀਆਂ ਜਿੰਨੀਆਂ ਕਿਤਾਬਾਂ ਲਿਖੀਆਂ। ਇਸ ਖੋਪਰੀ 'ਚ ਬੰਦ ਸੀ ਤੁਹਾਡੇ ਗੁਰਦਾਸਪੁਰ ਜ਼ਿਲ੍ਹੇ ਦਾ, ਝੌਰ ਪਿੰਡ ਦਾ, ਅਤੇ ਕਮਾਲ ਦਾ ਸੀ ਉਹ ਦਿਨ ਤੁਸੀਂ ਗਏ ਸਮਾਗਮ 'ਤੇ, ਏਡਾ ਵਿਦਵਾਨ, ਉਹ ਵੀ ਤਾਂ ਚਲੇ ਗਿਆ ਕਹਿ ਕੇ, ਮਗਰ ਉੱਤੇ ਰਿਜ਼ਲਟ ਕੀ ਕੱਢਿਆ? ਕਿਤੇ ਕਹਿ ਕਹਿ ਉੱਠ ਉੱਠ, ਇੰਨਿਆਂ ਨੇ ਕਹਿ ਦਿੱਤਾ ਤੇ ਕਹਿੰਦੇ ਇੱਥੇ ਕੀਤੇ, ਇੰਨੇ ਕੀਤੇ ਨੇ ਤੇ ਹੋਰ ਕਰੇ, ਹੋਰ ਵੀ ਕਿੰਨੇ ਪੈਦਾ ਹੋਣਗੇ। ਤਾਂ ਆਖ ਨਾ ਸਕੇ ਆਉਂਦੀ ਬਾਣੀ, ਬੋਲੋ ਚੰਗੇ ਰਹੋ ਕਿ ਜਮਾਨ ਰਸਾਂ ਪਵਿੱਤਰ ਹੋ ਜੂ। ਤਾਂ ਆਖ ਨਾ ਸਕੇ ਜੇ ਵਡ ਭਾਵੈ ਤੇ ਵਡ ਹੋਏ। ਸਵਾਮੀ ਐਡਾ ਵੱਡਾ ਵਾ, ਜਿਤਨਾ ਦਾ ਤੁਸੀਂ ਸੁਰਤ ਲਿਆਓਗੇ, ਤੁਸੀਂ ਹੁਣ ਇੱਕ ਇੱਕ ਗੱਲ ਦਿਓ, ਥੱਕਦੇ ਨਹੀਂ ਗਏ,
ਆਖੋ ਵਾਹਿਗੁਰੂ। ਸਾਹਿਬਜ਼ਾਦਿਆਂ ਦੀ ਫੋਟੋ ਤੁਸੀਂ ਬਣਾਈ 7 ਤੇ 9 ਸਾਲ ਦੀ, ਜਦੋਂ ਤੁਸੀਂ ਕਦੀ ਉਹਨਾਂ ਨੂੰ ਯਾਦ ਕਰਦੇ ਹੋ, ਇਹ ਥੋੜ੍ਹਾ ਵੀ ਤੁਸੀਂ ਸੋਚਦੇ ਹੋ ਹੁਣ ਤਾਂ 300 ਸਾਲ ਦੇ ਹੋ ਗਏ, ਬੁੱਢੇ ਹੋ ਗਏ, ਹੁਣ ਇੱਕ ਦੀ ਸੋਚਿਆ ਨੇ ਤੁਹਾਨੂੰ ਜਿਸ ਤਰ੍ਹਾਂ ਦਾ ਤੁਸੀਂ ਵੇਖਦੇ ਹੋ ਇਤਰਾ ਹੀ ਲਿਖਿਆ। ਜੇ ਨਹੀਂ ਅਜੇ ਪਕੜ 'ਚ ਨਹੀਂ ਆਇਆ ਤੁਹਾਡੀ, ਤੁਹਾਡੇ ਆਇਆ ਜੀ ਸੋਹਣੀ ਪੱਗ ਵਾਲਿਆਂ ਦੇ ਗੁਰਸਿੱਖਾਂ ਦੇ ਆਇਆ ਵੀ ਸਾਹਿਬਜ਼ਾਦੇ ਦੀ ਫੋਟੋ ਆਪਾਂ ਬਣਾਉਂਦੇ ਹਾਂ ਵੀ 7 ਤੇ 9 ਸਾਲ ਦੇ ਹੋਣਗੇ, ਮਗਰ 7 ਤੇ 9 ਸਾਲ ਦੇ ਐਡੇ ਅਤੇ ਐਡੇ ਦੀ ਫੋਟੋ ਹੀ ਆਉਂਦੀ ਤੁਹਾਡੇ ਦਿਮਾਗ 'ਚ। ਤੁਸੀਂ ਕਦੀ ਨਹੀਂ ਸੋਚਿਆ ਵੀ 300 ਸਾਲ ਉਸ ਗੱਲ ਨੂੰ ਹੋ ਗਏ, ਹੁਣ ਤਾਂ ਵੱਡੇ ਹੋ ਗਏ ਹੋਣਗੇ। ਇਤਰਾਂ ਹੀ ਰੱਬ ਬਾਰੇ ਜਿਸ ਤਰ੍ਹਾਂ ਦੇ ਸਰੂਪ 'ਚ ਕੋਈ ਉਹਨੂੰ ਵੇਖਦਾ ਹੈ ਉਸ ਤਰ੍ਹਾਂ ਦੇ ਦਿਸਦਾ, ਜੇ ਵਡਪਾਵੇ ਤੇ ਵਡਪਾਵੇ। ਅੱਗੇ ਜਾ ਕੇ ਸਾਹਿਬ ਕਹਿੰਦੇ ਨਾਨਕ ਜਾਣੈ ਸਾਰੀ ਗੱਲ ਨੂੰ ਅਸਲੀ ਨੂੰ ਉਹ ਕਿੱਡਾ ਕਿਹਾ ਅਤੇ ਕਿਸ ਤਰ੍ਹਾਂ ਦਾ, ਇਹ ਤਾਂ ਉਹ ਵਾਹਿਗੁਰੂ ਪਰਮੇਸ਼ਵਰ ਹੀ ਜਾਣਦਾ। ਸਤਿਗੁਰੂ ਅੱਗੇ ਪਾਤਸ਼ਾਹ ਜੀ ਕਹਿੰਦੇ ਜੇ ਕੋ ਆਖੇ ਉਹਦੇ ਬਾਰੇ ਬੋਲ ਵਿਗਾੜ ਮੇਰੇ ਵਰਗਾ ਆਖੇ, ਐਡਾ ਮੈਂ ਵੇਖਿਆ ਅਤੇ ਲੋਕ ਕਹਿੰਦੇ ਜੇ, ਲੋਕ ਤੁਹਾਡੇ ਇਲਾਕੇ ਦੇ ਵਿੱਚ ਬਹੁਤ ਤੁਰੇ ਫਿਰਦੇ ਜਿਹੜੇ ਕਹਿੰਦੇ ਰੱਬ ਵੇਖਦੇ ਆ ਅਤੇ ਰੱਬ ਵਿਖਾਉਂਦੇ ਆ, ਲੋਕ ਇੱਥੇ ਬੈਠੇ ਆ ਤੁਹਾਡਾ ਜ਼ਿਲ੍ਹਾ ਹੀ, ਮੈਨੂੰ ਬੜੇ ਫੋਨ ਕਰਦੇ ਤੂੰ ਕਥਾ ਵਿੱਚ ਅੱਜ ਟੀ ਵੀ 'ਚ ਆਹ ਗੱਲ ਕਹੀ। ਆਖੋ ਵਾਹਿਗੁਰੂ ਉਹ ਨਿਰਗੁਣ ਸਰੂਪ ਆ ਅਤੇ ਕਿਸ ਤਰ੍ਹਾਂ ਦਾ, ਤੁਹਾਡੇ ਜ਼ਿਲ੍ਹੇ 'ਚੋਂ ਜ਼ਿਆਦਾ ਆ ਜਾਂਦੇ ਕਿਉਂਕਿ ਤੁਹਾਡਾ ਗ੍ਰਿਫਤ 'ਚੋਂ ਆਇਆ ਸੀ। ਆਖੋ ਵਾਹਿਗੁਰੂ ਆਉਂਦੇ ਜੇ ਕੋ ਉਸ ਵਾਹਿਗੁਰੂ ਬਾਰੇ ਆਪਣੇ ਮੂੰਹ 'ਚੋਂ ਬੋਲ ਵਿਗਾੜ ਕੇ ਆਖੇ ਵੀ ਰੱਬ ਇਸ ਤਰ੍ਹਾਂ ਦਾ ਮੈਂ ਵੇਖਿਆ ਜੀ, ਅਤੇ ਅੱਗੇ ਰਿਜ਼ਲਟ ਕੀ ਆਇਆ ਅੱਗੇ ਪੜ੍ਹੋ ਤਾਂ ਲਿਖੀਏ ਗਵਾਰ ਕਹਿੰਦੇ ਮੂਰਖ ਨੂੰ ਜਿਹੜਾ ਰੱਬ ਬਾਰੇ ਬਿਆਨ ਕਰਦਾ ਹੈ ਨਾ ਵੀ ਮੈਂ ਵੇਖਿਆ ਅਤੇ ਰੱਬ ਇਸ ਤਰ੍ਹਾਂ ਦਾ। ਨਹੀਂ 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 ਨਹੀਂ, ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਥਾਪੇ ਨਮੋ ਸਰਬ ਖਾਪੇ, ਉਹ ਥਾਪਣ ਵਾਲਾ ਵੀ ਉਹ ਖਪਾਉਣ ਵਾਲਾ ਵੀ। ਹੁਣ ਖਪਾਉਣ ਵਾਲਾ ਚੇਤੇ ਹੀ ਕਿ ਥਾਪਣ ਵਾਲਾ ਚੇਤੇ ਹੀ, ਦੱਸ ਦੇ ਕਿੰਨੇ ਰੂਪ ਨੇ। ਇਹ ਤਾਂ ਨਹੀਂ ਹੋ ਸਕਦਾ ਵੀ ਥਾਪਣ ਵਾਲਾ ਹੀ ਜਿਹੜਾ ਉਹ ਹੀ ਖਪਾਉਣ ਡਿਆ ਹੋਵੇ, ਜਦੋਂ ਖਪਾਉਣ ਡਿਆ ਹੋਊਗਾ ਉਦੋਂ ਇਸ ਤਰ੍ਹਾਂ ਦਾ ਵਿਰਾਟ ਰੂਪ ਬਣਾਇਆ ਹੋਊਗਾ, ਜਦੋਂ ਬਣਾਉਣ ਡਿਆ ਹੋਊਗਾ ਉਦੋਂ ਮਾਂ ਵਰਗਾ ਚਿਹਰਾ ਹੋਊ, ਕਿਉਂਕਿ ਮਾਂ ਬੱਚਾ ਬਣਾਉਂਦੀ ਪੇਟ 'ਚ। ਆਖੋ ਵਾਹਿਗੁਰੂ ਉਦੋਂ ਮਾਂ ਵਰਗੀ ਮਮਤਾ ਉਹਦੇ ਕੋਲ ਹੋਊਗੀ, ਜਦੋਂ ਮਾਰਨ ਵਾਲਾ ਹੋਊਗਾ ਉਦੋਂ ਇਸ ਤਰ੍ਹਾਂ ਦਾ ਰੂਪ। ਕਿੰਨੇ ਰੂਪ ਨੇ ਉਹਦੇ, ਕਿਤਰਾਂ ਤੁਸੀਂ ਦੱਸਤਾ ਵੀ ਰੱਬ ਇਸ ਤਰ੍ਹਾਂ ਦਾ ਹੈ, ਨਹੀਂ ਪਤਾ ਲੱਗਾ। ਹਰਜੀਤ ਸਿੰਘ ਲੱਗਾ ਪਤਾ ਵਾਹਿਗੁਰੂ, ਤੁਸੀਂ ਕਦੀ ਉਹਨੂੰ ਕਲਪਤ ਕਿਤਰਾਂ ਵੇਖੋਗੇ, ਪੌਦੇ ਦੇ ਲੱਗੇ ਬੀਜ ਨੂੰ ਵੇਖੋਗੇ ਕਿ ਪੌਦੇ ਦੇ ਬਣੇ ਦਰਖਤ ਨੂੰ ਵੇਖੋਗੇ? ਹੈ ਤਾਂ ਸਾਰਾ ਇੱਕੋ ਹੀ, ਬੀਜ ਵੀ ਉਹ ਸੀ ਅਤੇ ਦਰਖਤ ਵੀ ਉਹ ਆ, ਅਤੇ ਫਿਰ ਉਹਦੇ ਦਰਖਤ ਦੇ ਬੀਜ ਵਿੱਚ ਵੀ ਉਹੀ ਛੁਪਿਆ ਪਿਆ, ਉਹਨੂੰ ਕਿਤਰਾਂ ਬਿਆਨ ਕਰੋਗੇ? ਬਹੁਤ ਔਖਾ ਹੈ। ਆਖੋ ਵਾਹਿਗੁਰੂ ਉਹਦੇ ਬਾਰੇ ਜੇ ਕੋਈ ਵਿਗਾੜ ਕੇ ਬੋਲਦਾ ਹੈ, ਜੇ ਕੋਈ ਆਖੇ ਬੋਲ ਵਿਗਾੜ ਤਾਂ ਲਿਖੀਐ, 26 ਪੌੜੀਆਂ ਹੋ ਗਈਆਂ, ਗੁਰੂ ਕਿਰਪਾ ਕਰੇ ਕੱਲ੍ਹ ਤਾਂ ਤੁਹਾਡੇ ਤੋਂ ਦੂਰ ਆ, ਅੰਮ੍ਰਿਤਸਰ ਸਾਹਿਬ ਦੇ ਕੋਲ ਸੋਹੀਆਂ ਪਿੰਡ ਆ, ਪਰਸੋਂ ਧਾਰੀਵਾਲ ਆ, ਬਹੁਤੀ ਦੂਰ ਤਾਂ ਨਹੀਂ, 2-3 ਨਹੀਂ ਆਖਿਆ, ਬੋਲੋ ਜੀ ਮੈਂ ਕੀ ਕਿਹਾ, 2-3 ਨੇ, ਕਿੰਨੀ ਕੁ ਦੂਰ ਆ ਇੱਥੋਂ? ਉਹ ਸਾਰੇ ਰਾਜਸਥਾਨ ਦੇ ਵਿੱਚੋਂ ਜਲੰਧਰ ਲੋਕਾਂ ਦੀਆਂ ਗੱਡੀਆਂ ਆਉਂਦੀਆਂ ਜੇ ਅਸਾਈਆਂ ਕੋਲ, ਅਤੇ ਸਾਰੀ ਦਿੱਲੀ ਕੋਲੋਂ ਆਉਂਦੀਆਂ ਜੇ। ਗੁਰੂ ਕੇ ਸਿੱਖੋ ਤੁਸੀਂ ਆਪਣੇ ਗੁਰੂ ਲਈ ਵੀ ਨਹੀਂ ਆ ਸਕਦੇ? ਕੀ ਕਿਹਾ? ਕੋਈ ਜਿਹਦੇ ਕੋਲ ਗੱਡੀ ਆ ਗੱਡੀ ਦੇ ਭਾਗ ਕਿਸੇ ਨੂੰ ਲੈ ਆਓ, ਜਿਹਦੇ ਕੋਲ ਟਰਾਲੀ ਆ ਬੜਾ ਵੱਡਾ ਪੁੰਨ ਆ, ਟਰਾਲੀ 'ਤੇ 2-4-10 ਰੂਹਾਂ, ਜ਼ਰੂਰੀ ਨਹੀਂ ਵੀ ਭਰਨਾ। ਕਲਯੁੱਗ ਵਿੱਚ ਰੱਬ ਦੇ ਪੂਜਕ ਮਸਕੀਨ ਸਾਹਿਬ ਨੂੰ ਪੁੱਛਿਆ ਵੀ ਸਿੱਖਾਂ ਕੋਲ ਐਡਾ ਵੱਡਾ ਖਜ਼ਾਨਾ ਹੈ, ਹਾਜ਼ਰ ਹੋ ਪੁੱਤ 1 ਮਿੰਟ ਆ,
ਸਿੱਖਾਂ ਕੋਲ ਏਡਾ ਵੱਡਾ ਖਜ਼ਾਨਾ ਅਤੇ ਸੰਗਤ ਕਿਉਂ ਘੱਟ ਹੁੰਦੀ, ਸਿੱਖ ਘੱਟ ਕਿਉਂ ਨੇ? ਕਹਿੰਦੇ ਪਹਾੜ ਪੱਥਰ ਦੇ ਬੜੇ 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 ਉੱਚੇ ਅਤੇ ਬੜੇ ਬੇਅੰਤ ਹੁੰਦੇ, ਮਗਰ ਹੀਰੇ ਬਹੁਤ ਘੱਟ ਹੁੰਦੇ। ਇਸ ਤਰ੍ਹਾਂ ਹੀ ਦੁਨੀਆਂ 'ਤੇ ਭੀੜਾਂ ਬਹੁਤ ਨੇ, ਸੁਣਨ ਵਾਲੇ ਬਹੁਤ ਘੱਟ ਹੁੰਦੇ। ਮਸਕੀਨ ਸਾਹਿਬ ਦਾ ਹੀ ਇਹ ਵਚਨ ਆ, ਜਿੱਥੇ ਬਹੁਤੀ ਭੀੜ ਸਮਝ ਲਓ ਮੂਰਖ ਇਕੱਠੇ ਹੋਏ ਆ, ਅਤੇ ਜਿੱਥੇ ਘੱਟ ਲੋਕ ਸੁਣਨ ਵਾਲੇ ਨੇ ਉੱਥੇ ਗਿਆਨੀ ਬੈਠੇ ਨੇ। ਤੁਸੀਂ ਆਇਓ ਮੇਰੇ ਭੈਣ ਭਰਾ ਜਲ ਉੱਥੇ ਧਾਰੀਵਾਲ ਦਵਿੰਦਰ ਸਿੰਘ ਨੂੰ ਫੋਨ ਕਰ ਲਿਓ, ਕਿੱਥੇ ਗਿਆ ਪ੍ਰੋਗਰਾਮ, ਸਾਰੇ ਹਾਜ਼ਰੀ ਭਰਿਓ, ਫੁੱਲਾਂ ਨਾਲ ਚਿਤਾਰਿਓ, ਅਸੀਸ ਦਿਓ, ਆਪਣੇ ਧਰਮ ਵਿੱਚ ਪੱਕੇ ਰਹੋ, ਮਾੜਾ ਕਿਸੇ ਨੂੰ ਨਾ ਆਖੋ, ਈਸਾਈ ਚੰਗੇ ਨੇ ਆਪਣੇ ਘਰ ਚੰਗੇ, ਹਿੰਦੂ ਚੰਗਾ ਆਪਣੇ ਘਰ ਚੰਗਾ, ਮੁਸਲਮਾਨ ਚੰਗਾ ਆਪਣੇ ਘਰ ਚੰਗਾ, ਤੁਸੀਂ ਆਪਣੇ ਘਰ ਚੰਗੇ ਰਹੋ ਬਸ, ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਮੰਦਾ ਕਿਸੇ ਨਾਲ ਆਖੀਏ ਪੜ ਅੱਖਰੇ ਹੋ ਬੁਝੀ, ਪੜ੍ਹ ਕੇ ਤਾਂ ਅੱਖਰ ਇਹੀ ਬੁਝਣਾ ਸੀ ਵੀ ਮਾੜਾ ਕੋਈ ਨਹੀਂ, ਸਾਰੇ ਚੰਗੇ। ਹੱਥ ਜੋੜ ਕੇ ਬੇਨਤੀ, ਆਪਣੇ ਧਰਮ ਵਿੱਚ ਪੱਕੇ ਰਹੋ, ਆਪਣੇ ਧਰਮ ਵਿੱਚ ਪ੍ਰਪੇਅਰ ਰਹੋ, ਪ੍ਰਪੱਕ ਰਹੋ। ਸਾਚੇ ਸਾਹਿਬਾ, ਇੱਥੇ ਕੀ ਨਹੀਂ ਸੀ ਜਿਹੜਾ ਆਪਾਂ ਬਾਹਰ ਚਲੇ ਗਏ, ਸਭ ਕੁਛ ਇੱਥੇ ਸੀ। ਫੁੱਲਾਂ ਨਾਲ ਚਿਤਾਰਿਓ, ਅਸੀਸ ਬਖਸ਼ੋ, ਰੱਬ ਤੁਹਾਨੂੰ ਤੌਫੀਕ ਬਖਸ਼ੇ, ਨਿਤਨੇਮ ਬਖਸ਼ੇ, ਸਿਮਰਨ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ।